ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਪਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ ਪ੍ਰਵਾਨ ਗਣੀ ਸੇਈਏ ਆਏ ਸਫਲ ਤਿੰਨਾ ਕੇ ਕਾਮਾ ਮੇਰੇ ਰਾਮ ਹਰ ਜਨ ਕੈ ਹਉ ਬਲ ਜਾਈ ਕੇਸਾ ਕਾ ਕਰ ਚਵਰ ਟੋਲਾਵਾ ਚਰਨ ਧੂੜ ਮੁਖ ਲਾਈ ਜਨਮ ਮਰਨ ਦੋਹੁ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲੈਣ ਹਰ ਸਿਓ ਲੈਣ ਮਿਲਾਏ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇ ਤੀਰਾ ਤੇ ਸੱਚਾ ਸੁਖ ਸੱਚੀ ਵਡਿਆਈ ਜਿਸ ਕੇ ਸੇ ਤਿੰਨ ਜਾਤੇ ਪੱਖਾ ਪੇਰੀ ਪਾਣੀ ਟੋਵਾ ਹਰ ਜਨ ਕੈ ਪੀਸਣ ਪੀਸ ਕਮਾਵਾ ਨਾਨਕ ਕੀ ਪ੍ਰਭ ਪਾਸ ਬੇਨੰਤੀ ਤੇਰੇ ਜਨ ਦੇਖਣ ਪਾਵਾ ਜਗ ਤਾਰਨ ਆਉਂਦੇ ਨੇ ਪਰ ਉਪਕਾਰੀ ਪਰ ਉਪਕਾਰੇ ਜਗ ਤਾਰਨ ਆਉਂਦੇ ਨੇ ਪਰ ਉਪਕਾਰੇ ਪਰ ਉਪਕਾਰੇ ਪਰ ਉਪਕਾਰੀ ਜਗ ਤਾਰਨ ਆਉਂਦੇ ਨੇ ਪਰ ਉਪਕਾਰੀ ਪਰ ਉਪ ਜਗ ਤਾਰਨ ਆਉਂਦੇ ਨੇ ਪਰ ਉਪਕਾਰੀ ਪਰ ਉਪਕਾਰੀ ਜਗ ਤਾਰਨ ਆਉਂਦੇ ਨੇ ਪਰ ਉਪਕਾਰੀ ਪਰ ਉਪਕਾਰੀ ਜਗ ਤਾਰਨ ਆਉਂਦੇ ਨੇ ਪਰ ਉਪਕਾਰੀ ਪਰ ਉਪਕਾਰੀ ਤਾਰਨ ਆਉਂਦੇ ਨੇ ਪਰ ਉਪਕਾਰੀ ਪਰ ਉਪਕਾਰੀ ਤਾਰਨ ਆਉਂਦੇ ਨੇ ਪਰ ਉਪਕਾਰੀ ਪਰ ਉਪਕਾਰੀ ਜਗ ਤਾਰਨ ਆਉਂਦੇ ਨੇ ਪਰ ਉਪਕਾਰੀ ਪਰ ਉਪਕਾਰ
जग तारने आउंदे ने परे उपकारी परे उपकारी जग तारने आउंदे ने परे उपकारी परे उपकारी तारने आउंदे 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 तारने तारने आउंदे तारने आउंदे तारने आउंदे तारने जग तारने आउंदे 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 जग तारने आउंदे तारने आउंदे तारने आउंदे तारने आउंदे तारने आउंदे ने परे उपकारी परे उपकारी तारने आउंदे ने परे उपकारी परे उपकारी जग तारने आउंदे ने परे उपकारी परे उपकारी जग तारने आउंदे ने परे उपकारी परे उप जग तारने आउंदे ने परे उपकारी परे उपकारी जग तारने आउंदे ने परे उपकारी परे उपकारी ओह धनवंत कुलवंत पतवंत जीवन मुक्त जिस हृदय भगवंत धन 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 जाने आया जिस प्रसाद सब जगत तराया जन आवन का यह सुआओ जन के संग चित आवे नाओ आप मुक्त मुक्त करे संसार नानक तिस जन को सदा नमस्कार जिदे आउण ते तरे जग सारा धन धन आउणा उहनां दा आउण ते तरे जग सारा धन धन आउणा उहनां दा जग सारा धन धन आउणा उहनां दा जिन्हां आया जग सारा धन धन आउणा उहनां ते तरे जग सारा धन धन आउणा उहनां दा ते तरे जग सारा धन धन आउणा उहनां दा जिने आया ते जगत तर जावे धन धन आउणा उहनां दा आया ते जगत तर जावे धन धन आउणा उहनां आया ते जगत तर जावे धन धन आउणा उहनां दा जिन्हां आया ते जगत तर जावे धन धन आउणा उहनां दा जगत तर जावे धन धन आउणा उहनां दा जिन्हां आया ते जगत तर जावे धन धन आउणा उहनां दा धन धन जी आउणा उहनां दा
तन जी आना ओना जा माया ते जगत तर जावे तन तन उना ओना जावे तन तन आना उना दा जिन्ना आया ते जगत तर जावे तन तन आना उना जिन्ना आया ते जगत तर जावे तन तन आना उना दा जिन्ना तर जावे तन तन आना उना दा तन 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 जाने आया जिस पर साध सब जगत तराया जुग जुग अटल चवर छत्र तख्तां दे मालक निमाणियां दे माण निताणियां दे ताण ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੀ ਪਰਮ ਪੂਜਨੀ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਕੋਈ ਰਸਨਾ ਵਾਂਝੀ ਨਾ ਰਹੇ ਆਖੋ ਸਾਰੇ ਸਤਿਗੁਰਾਂ ਨੂੰ ਸੀਸ ਝੁਕਾਉਂਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਅੱਜ ਦਾ ਜਿਹੜਾ ਸਮਾਗਮ ਪਰਮ ਪੂਜਨੀ ਧੰਨ ਸ਼੍ਰੀ ਹਜ਼ੂਰ ਬਾਬਾ ਮੀਹਾ ਸਿੰਘ ਜੀ ਸਿਆੜ ਸਾਹਿਬ ਵਾਲੇ ਉਹਨਾਂ ਦੀ ਯਾਦ ਦੇ ਅੰਦਰ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਦੇ ਸਦਕਾ ਰੱਖਿਆ ਗਿਆ ਹੈ ਮਹਾਂਪੁਰਖ ਤਤਵੇ ਤੇ ਜੋਗੀ ਸਤਪੁਰਖ ਕਹਿ ਦੀਏ ਬ੍ਰਹਮ ਗਿਆਨੀ ਨਾਮ ਦੇ ਰਸੀਏ ਕਹਿ ਦੀਏ ਉਹ ਸੰਸਾਰ ਦੇ ਉੱਤੇ ਕਿਸੇ ਕਾਰਨ ਦੇ ਵਸ ਆਇਆ ਕਰਦੇ ਨੇ ਕਾਰਨ ਕੀ ਹੈ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦਾ ਫਰਮਾਨ ਹੈ ਜਨਮ ਮਰਨ ਦਹੁ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਣ ਹਰ ਸਿਉ ਲੈਣ ਮਿਲਾਏ ਪਰਮੇਸ਼ਰ ਦੇ ਨਾਲ ਭੁੱਲੀ ਭੁਲਾਈ ਲੁਕਾਈ ਨੂੰ ਸਾਰੀ ਕਾਇਨਾਤ ਨੂੰ ਸੰਸਾਰ ਦੇ ਵਿੱਚ ਸੰਸਾਰ ਨੂੰ ਟੁੱਟੀਆਂ ਹੋਈਆਂ ਰੂਹਾਂ ਨੂੰ ਕਹਿ ਦੀਏ ਨਿਰੰਕਾਰ ਦੇ ਚਰਨਾਂ ਦੇ ਨਾਲ ਜੋੜਨ ਦੇ ਲਈ ਆਇਆ ਕਰਦੇ ਨੇ ਤਾਂ ਤੇ ਗੁਰਬਾਣੀ ਨੇ ਵੀ ਉਹਨਾਂ ਦੇ ਆਉਣ ਨੂੰ ਧੰਨ ਆਖਿਆ ਪੰਚਮ ਪਾਤਸ਼ਾਹ ਮਹਾਰਾਜ ਜੀ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਕਿਰਪਾ ਕਰਦੇ ਨੇ ਧੰਨ 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 ਜਨ ਆਇਆ ਉਹਨਾਂ ਦਾ ਸੰਸਾਰ ਤੇ ਆਉਣਾ ਵੀ ਧੰਨ ਵਿਚਰਨਾ ਵੀ ਧੰਨ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਉ ਜਨ ਕੈ ਸੰਗ ਚਿਤ ਆਵੈ ਨਾਮ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਧੰਨ 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 ਬਾਬਾ ਮਹਾਂ ਹਰਨਾਮ ਸਿੰਘ ਜੀ ਪੁੱਛੋ ਬਾਬਾ ਜੀ ਪੁੱਛੋ ਮੰਡੀ ਜ਼ਿਲ੍ਹਾ ਬਠਿੰਡਾ ਮਹਾਰਾਜ ਜੀ ਸਤਸੰਗ ਜੀ ਕਿਹੜਾ ਨਹੀਂ ਜਾਣਦਾ ਜਿਨ੍ਹਾਂ ਦਾ ਨਾਮ ਲਿਆ ਐਸੇ ਸਤਪੁਰਸ਼ ਰਸਨਾ ਪਵਿੱਤਰ ਹੁੰਦੀ ਹੈ ਉਹਨਾਂ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਗੁਪਤ ਰਹਿ ਕੇ 725,000 ਸ਼੍ਰੀ ਜਪਜੀ ਸਾਹਿਬ ਦੇ ਪਾਠ ਉੱਥੇ ਕੀਤੇ ਫਿਰ ਅਗੰਮੀ ਜਿਹੜੀ ਉੱਥੇ ਬਖਸ਼ਿਸ਼ ਹੋਈ ਅਗੰਮੀ ਨਿਰੰਕਾਰ ਦੇ ਹੁਕਮ ਦਾ ਸਦਕਾ ਪਿੰਡਾਂ ਦੇ ਰਾਹੀਂ ਵਿਚਰਦੇ ਹੋਏ ਭਾਗ ਲਾਏ ਭੁੱਚੋਂ ਸਾਹਿਬ ਦੀ ਧਰਤੀ ਨੂੰ ਮਹਾਰਾਜ ਜੀ ਇੱਥੇ ਵਿਰਾਜੇ ਇੱਥੇ ਵੀ ਗਰੀਬ ਨਿਵਾਜ ਬਾਬਾ ਜੀ ਨੇ ਸੰਸਾਰ ਦੇ ਕਲਿਆਣ ਦੇ ਲਈ 3 ਕਰੋੜ ਮੂਲ ਮੰਤਰ ਦਾ ਜਿਹੜਾ ਪਾਠ ਕੀਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹਨਾਂ ਤੋਂ ਹੀ ਬਰਸਾਏ ਹੋਏ ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਸ਼੍ਰੀ ਨਾਨਕ ਸਰ ਕਲੇਰਾਂ ਵਾਲੇ ਜਿਨ੍ਹਾਂ ਨੇ ਆਪਣੇ ਮੁਰਸ਼ਦ ਤੋਂ ਬੇਅੰਤੀ ਬਰਕਤਾਂ ਲੈ ਕਰਕੇ ਸਤ ਸੰਗਤ ਜੀ ਕੋਈ ਸਾਨੀ ਨਹੀਂ ਹੈ ਬੇਅੰਤ ਬਖਸ਼ਿਸ਼ਾਂ ਪ੍ਰਾਪਤ ਕਰਕੇ ਭੁੱਲੇ ਭਟਕੇ ਸੰਸਾਰ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਬਾਣੀ ਦੇ ਨਾਲ ਬਾਬਾ ਜੀ ਨੇ ਜੋੜਿਆ ਕਲਗੀਧਰ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਚਨ
ਸੌ ਸਾਖੀ ਜਿਹੜੇ ਭਵਿੱਖਤ ਬਚਨ ਨੇ ਨਾ, ਸਾਹਿਬ ਕਮਾਲ ਸਰਬੰਸ ਦਾਨੀ ਅੰਮ੍ਰਿਤ ਦੇ ਦਾਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ, ਮਹਾਰਾਜ ਜੀ ਜ਼ਿਕਰ ਕਰਦੇ ਨੇ ਨੰਦ ਸਿੰਘ ਗਰਜਾ ਸਿੰਘ ਆਦਿ, ਜਿਨ ਲਾਜ ਪੰਥ ਕੀ ਸਾਜੀ, ਦੇਵਾ ਸਿੰਘ ਅਤਰ ਸਿੰਘ ਸੂਰਾ, ਕਰਮ ਸਿੰਘ ਰਾਮ ਸਿੰਘ ਪੂਰਾ। ਜ਼ਿਕਰ ਕੀਤਾ ਕਲਗੀਧਰ ਮਹਾਰਾਜ ਜੀ ਨੇ, ਤੇ ਉਸੇ ਹੀ ਮਾਲਾ ਦੇ ਸੁੱਚੇ ਮੋਤੀ ਜਿਨ੍ਹਾਂ ਦੇ ਅੱਜ ਯਾਦ ਦੇ ਅੰਦਰ ਇਹ ਸਮਾਗਮ ਹੋ ਰਹੇ ਨੇ, ਪਰਮ ਪੂਜਨੀਕ ਜਿਨ੍ਹਾਂ ਦਾ ਨਾਮ ਲਿਆ ਰਸਨਾ ਪਵਿੱਤਰ ਹੁੰਦੀ ਹੈ, ਧੰਨ ਸ਼੍ਰੀ ਹਜ਼ੂਰ ਬਾਬਾ ਮੀਹਾਂ ਸਿੰਘ ਜੀ ਸਿਆੜ ਸਾਹਿਬ ਵਾਲੇ, ਜਿਨ੍ਹਾਂ ਨੇ 1933 ਤੋਂ ਲੈ ਕਰਕੇ 1943 ਤੱਕ 10 ਸਾਲ, ਧੰਨ ਧੰਨ ਬਾਬਾ ਨੰਦ ਸਿੰਘ ਮਹਾਰਾਜ ਨਾਨਕਸਰ ਕਲੇਰਾਂ ਵਾਲੇ, ਉਹਨਾਂ ਦੀ ਸੰਗਤ ਕਰਕੇ ਸਿੱਖੀ ਸਿਧਾਂਤਾਂ ਦੇ ਉੱਤੇ ਚੱਲ ਕੇ ਸਤਿਗੁਰ ਦੀ ਸੇਵਾ ਕਰਕੇ, ਪਰਮੇਸ਼ਰ ਦੇ ਨਾਮ ਦੀ ਭਗਤੀ ਕਰਕੇ ਬੇਅੰਤ ਦਾਤਾਂ ਪ੍ਰਾਪਤ ਕੀਤੀਆਂ, ਤੇ ਸਾਰੀ ਜ਼ਿੰਦਗੀ ਮੁਰਸ਼ਦ ਤੋਂ ਮਿਲੇ ਹੋਏ ਸ਼ਬਦ ਨੂੰ ਕਮਾਇਆ ਤੇ ਆਪ ਹੀ ਕਮਾਇਆ, ਨੀ ਸੰਸਾਰ ਨੂੰ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਬਾਬਾ ਜੀ ਨੇ ਜੋੜਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਐਸੇ ਸਤਪੁਰਸ਼ਾਂ ਦੀ ਬਾਬਤ ਗੁਰਬਾਣੀ ਦਾ ਬਚਨ ਹੈ, ਧੰਨ 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 ਜਨ ਆਇਆ। ਮਾਫ ਕਰਨਾ, ਇਉਂ ਕਹਿ ਦਈਏ ਸਾਰੀ ਗੁਰਬਾਣੀ ਜਿਹੜੀ ਹੈ ਨਾ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਾਰੀ ਗੁਰਬਾਣੀ ਨਾਮ ਜਪਣ ਵਾਲਿਆਂ ਦਾ, ਤਤਵੇ ਤੇ ਯੋਗੀ ਸਾਧੂਆਂ ਦਾ ਜੀਵਨ ਹੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਦੀ ਜਿਹੜੀ ਮਹਿਮਾ ਹੈ ਕਹਿੰਦਾ, ਨਾ ਚੀਜ਼ ਹੈ ਸਾਧ ਸੰਗਤ ਜੀ ਮੇਰੇ ਵਰਗਾ, ਸਾਧੂਆਂ ਦੀ ਮਹਿਮਾ ਵਡਿਆਈ ਕੀ ਕਰ ਸਕਦਾ। ਮਹਾਰਾਜ ਜੀ ਨੇ ਵੀ ਲਿਖ ਦਿੱਤਾ ਪੰਚਮ ਪਾਤਸ਼ਾਹ ਜੀ ਨੇ, ਸਾਧ ਕੀ ਮਹਿਮਾ ਵੇਦ ਨਾ ਜਨ ਹੈ, ਜੇਤਾ ਸੁਣ ਹੈ ਤੇਤਾ ਵਖਿਆਨ ਹੈ। ਮਹਾਂਪੁਰਖਾਂ ਦੀ ਮਹਿਮਾ ਨੂੰ ਵਡਿਆਈ ਨੂੰ ਕਰਨ ਤੋਂ ਸਾਧ ਸਾਂਝੀ ਵੇਦ ਸ਼ਾਸਤਰ ਵੀ ਅਸਮਰੱਥ ਨੇ, ਤੇ ਮਹਾਰਾਜ ਜੀ ਕਿਰਪਾ ਕਰਦੇ ਨੇ ਜਿਸ ਘਰਾਣੇ ਵਿੱਚ ਜਿਸ ਕੁੱਲ ਵਿੱਚ ਐਸੇ ਸਤਪੁਰਖ ਪੈਦਾ ਹੁੰਦੇ ਨੇ, ਉਹਨਾਂ ਦੀ ਬਾਬਤ ਗੁਰੂ ਸਾਹਿਬ ਸਰੂਪਾ ਬਖਸ਼ਦੇ ਨੇ। ਕੀ ਕਹਿੰਦੇ ਨੇ, ਧੰਨ ਸੋ ਵੰਸ਼ ਧੰਨ ਸੋ ਪਿਤਾ ਧੰਨ ਸੋ ਮਾਤਾ ਜਿਨ ਜਨ ਜਣੇ, ਉਹ ਵੰਸ਼ ਵੀ ਧੰਨ ਹੈ, ਉਹ ਮਾਤਾ ਪਿਤਾ ਵੀ ਧੰਨ ਨੇ। ਸਾਧ ਸੰਗਤ ਜੀ, ਧੰਨ ਜਨਨੀ ਜਿਨ ਜਾਇਆ, ਧੰਨ ਪਿਤਾ ਪ੍ਰਧਾਨ। ਤਾਂ ਤੇ ਧੰਨ ਸ਼੍ਰੀ ਹਜ਼ੂਰ ਬਾਬਾ ਜੀ ਸਿਆੜ ਸਾਹਿਬ ਵਾਲੇ, ਸਿਆੜ ਨਗਰ ਦੇ ਵਿੱਚ ਹੀ ਕਿਉਂ ਭਾਗ ਲਾਏ ਉਹਨਾਂ ਨੇ, ਕਿਉਂ ਸਿਆੜ ਨਗਰ ਦੇ ਵਿੱਚ ਆਏ? ਸਾਧ ਸੰਗਤ ਜੀ, ਫੂਲ ਮਹਾਰਾਜ ਦੀ ਜਿਹੜੀ ਜੰਗ ਫਤਿਹ ਕਰਕੇ ਨਾ, ਛੇਵੇਂ ਗੁਰੂ ਨਾਨਕ ਮੀਰੀ ਪੀਰੀ ਦੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪਹੁੰਚੇ ਨੇ ਨਗਰ ਸਿਆੜ ਦੇ ਵਿੱਚ। ਨਗਰ ਦੇ ਵਾਰ ਵਾਰ ਅੰਬਾਂ ਦੇ ਰੁੱਖ ਨੇ, ਬੜੀ ਰਮਣੀਕ ਥਾਂ ਹੈ। ਮਹਾਰਾਜ ਜੀ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਿਆਰ ਵਾਲੇ ਸਿੱਖ ਨੇ, ਮਹਾਰਾਜ ਜੀ ਨੇ ਉੱਥੇ ਆਸਣ ਲਾਏ। ਮਹਾਰਾਜ ਜੀ ਦੋ ਘੋੜੇ ਸਵਾਰੀ ਕਰਿਆ ਕਰਦੇ ਸੀ, ਇੱਕ ਦਾ ਨਾਂ ਸੀ ਦਿਲਵਾਗ, ਦੂਸਰੇ ਦਾ ਗੁਲਵਾਗ। ਦਿਲਵਾਗ ਘੋੜਾ ਸੀ ਜਿਹੜਾ ਜ਼ਖਮੀ ਸੀ। ਆਗੇ ਮਹਾਰਾਜ ਜੀ ਮੱਲਮ ਪੱਟੀ ਕਰ ਰਹੇ ਨੇ, ਪਿਆਰ ਵਾਲੇ ਸਿੱਖ ਬੜਾ ਪਿਆਰ ਕਰਦੇ ਸੀ ਸੱਚੇ ਪਾਤਸ਼ਾਹ ਦੋਵਾਂ ਨੂੰ। ਇਹ ਵੀ ਦੱਸਿਆ ਜਾਂਦਾ ਦੋਵੇਂ ਭਰਾ ਸੀ ਦਿਲਵਾਗ ਤੇ ਗੁਲਵਾਗ। ਸੁਣਿਆ ਸਿਆੜ ਸਾਹਿਬ ਦੇ ਨਗਰ ਦੇ ਵਡਾਰੂਆਂ ਨੇ, ਮਹਾਰਾਜ ਜੀ ਮੀਰੀ ਪੀਰੀ ਦੇ ਮਾਲਕ ਆਏ ਹੋਏ ਨੇ, ਇੱਥੇ ਦਰਸ਼ਨ ਕਰੀਏ। ਜਥਾ ਸ਼ਕਤ ਸਾਧ ਸੰਗਤ ਜੀ ਪ੍ਰੇਰਨਾ ਕੀਤੀ, ਮਹਾਰਾਜ ਜੀ ਨੇ ਸੇਵਾ ਕਰਨ ਦੇ ਲਈ ਪਹੁੰਚੇ। ਸੇਵਾ ਸਤਿਗੁਰ ਮਹਾਰਾਜ ਜੀ ਨੇ ਬੇਅੰਤੀ ਵਰ ਦਿੱਤੇ, ਬੇਅੰਤ ਬਰਕਤਾਂ। ਤੇ ਜਿਹੜਾ ਦਿਲਵਾਹ ਘੋੜਾ ਸੀ ਨਾ, ਉਹ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ ਆਪਣੇ ਪ੍ਰਾਣ ਉਹ ਤਿਆਗ ਦਿੰਦਾ ਉੱਥੇ ਸਿਆੜ ਨਗਰ ਦੀ ਧਰਤੀ ਦੇ। ਤੇ ਮਹਾਰਾਜ ਜੀ ਉੱਥੇ ਹੀ ਸਾਧ ਸੰਗਤ ਜੀ ਜਿਹੜੀ ਅੰਤਮ ਕਿਰਿਆ ਹੈ ਨਾ, ਉਹ ਮਹਾਰਾਜ ਜੀ ਨੇ ਉੱਥੇ ਹੀ ਟੋਇਆ ਪੁੱਟ ਕੇ ਬੜੇ ਪਿਆਰ ਸਤਿਕਾਰ ਅਦਬ ਦੇ ਨਾਲ, ਕਿਉਂਕਿ ਪਤਾ ਨਹੀਂ ਪਿਛਲੇ ਕਿੰਨੇ ਜਨਮਾਂ ਦਾ ਤਪ ਹੋਏਗਾ ਜਿਹਦੇ ਉੱਤੇ ਮਹਾਰਾਜ ਜੀ ਸਵਾਰੀ ਕਰਿਆ ਕਰਦੇ ਸੀ, ਭਾਵੇਂ ਉਹ ਜੀਵ ਸੀ ਸਾਧ ਸੰਗਤ ਜੀ। ਤੇ ਉੱਥੇ ਹੀ ਟੋਇਆ ਪੁੱਟ ਕੇ ਅਦਬ ਸਤਿਕਾਰ ਦੇ ਨਾਲ ਸਰੀਰ ਨੂੰ ਦਫਨਾ ਦਿੱਤਾ, ਤੇ ਉੱਪਰ ਬੜਾ ਹੀ ਕੀਮਤੀ ਇਰਾਨੀ ਦੁਸ਼ਾਲਾ ਜਿਹੜਾ ਪਹਿਨਾ ਦਿੱਤਾ ਸਰੀਰ ਤੇ ਸਤਿਸੰਗਤ ਜੀ। ਤੇ ਮਹਾਰਾਜ ਜੀ ਨੇ ਬੇਅੰਤ ਵਰ ਦਿੱਤੇ,
ਅੱਗੇ ਚਲੇ ਗਏ ਸਤ ਸੰਗਤ ਜੀ ਸੰਗਤਾਂ ਨੂੰ ਤਾਰਦੇ ਹੋਏ ਤੇ ਉਸੇ ਹੀ ਨਗਰ ਦੇ ਗੁਜਰ ਘਰਾਣੇ ਦੇ ਵਿੱਚੋਂ ਰਹਿਣ ਵਾਲੇ ਸੁਣਿਆ ਉਹਨਾਂ ਨੇ ਵੀ ਇੱਥੇ ਜਿਹੜਾ ਦੁਸ਼ਾਲਾ ਪਹਿਨਾਇਆ ਕਹਿੰਦਾ ਘੋੜੇ ਦੇ ਉੱਤੇ ਉਹ ਦਫਨਾਇਆ ਗਿਆ ਹੈ ਵਿੱਚ ਬੜਾ ਕੀਮਤੀ ਹੈ ਮਾਫ ਕਰਨਾ ਬੜਾ ਐਸਾ ਕਰਮ ਕੀਤਾ ਟੋਇਆ ਪੁੱਟ ਕੇ ਉਹ ਦੁਸ਼ਾਲੇ ਨੂੰ ਕੱਢ ਲਿਆ ਪਰ ਪਿੰਡ ਵਿੱਚ ਨਹੀਂ ਰਹਿ ਸਕੇ ਚਲੇ ਗਏ ਵੇਚ ਦਿੱਤਾ ਜਦੋਂ ਮਹਾਰਾਜ ਜੀ ਫਿਰ ਸਮਾਂ ਬਣਿਆ ਭਾਗ ਜਾਗੇ ਸਿਆੜ ਨਗਰ ਦੀ ਫਿਰ ਧਰਤੀ ਦੇ ਮਹਾਰਾਜ ਜੀ ਫਿਰ ਚੱਲ ਕੇ ਆਏ ਸੱਚੇ ਪਾਤਸ਼ਾਹ ਅੱਜ ਚੱਲ ਕੇ ਸਿਆੜ ਸਾਹਿਬ ਆ ਗਏ ਨੇ ਮਾਲਕ ਮੀਰੀ ਪੀਰੀ ਦੇ ਅੱਜ ਚੱਲ ਕੇ ਸਿਆੜ ਸਾਹਿਬ ਆ ਗਏ ਉਹ ਮਾਲਕ ਮੀਰੀ ਪੀਰੀ ਦੇ ਸਿਆੜ ਸਾਹਿਬ ਆ ਗਏ ਮਾਲਕ ਮੀਰੀ ਪੀਰੀ ਦੇ ਚੱਲ ਕੇ ਸਿਆੜ ਸਾਹਿਬ ਆ ਗਏ ਮਾਲਕ ਮੀਰੀ ਮਾਲਕ ਮੀਰੀ ਪੀਰੀ ਦੇ ਸਿਆੜ ਨਗਰ ਦੇ ਭਾਗ ਜਗਾ ਗੇ ਮਾਲਕ ਮੀਰੀ ਪੀਰੀ ਦੇ ਨਗਰ ਦੇ ਭਾਗ ਜਗਾ ਗੇ ਨੇ ਮਾਲਕ ਮੀਰੀ ਪੀਰੀ ਦੇ ਸਿਆੜ ਨਗਰ ਦੇ ਭਾਗ ਜਗਾਵੇ ਮਾਲਕ ਮੀਰੀ ਪੀਰੀ ਨਗਰ ਦੇ ਭਾਗ ਜਗਾਵੇ ਮਾਲਕ ਮੀਰੀ ਪੀਰੀ ਦੇ ਸਿਆੜ ਨਗਰ ਦੇ ਭਾਗ ਜਗਾਵੇ ਮਾਲਕ ਮੀਰੀ ਪੀਰੀ ਦੇ ਧਰਤੀ ਭਈ ਹਰੀਆਵਲੀ ਜਿੱਥੇ ਮੇਰਾ ਸਤਗੁਰ ਬੈਠਾਇਆ ਭਏ ਹਰੀਆਵਲ ਜਿਨੀ ਮੇਰਾ ਸਤਗੁਰ ਦੇਖਿਆ ਜਾਏ ਫਿਰ ਉਹ ਸਮਾਂ ਬਣਿਆ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਫਿਰ ਭਾਗ ਲਾਏ ਨਗਰ ਸਿਆੜ ਦੀ ਧਰਤੀ ਨੂੰ ਸੁਣਿਆ ਨਗਰ ਵਾਲਿਆਂ ਨੇ ਬਹੁਤ ਜਥਾ ਸ਼ਕਤ ਸੇਵਾ ਕੀਤੀ ਮਹਾਰਾਜ ਜੀ ਰਹੇ ਉੱਥੇ ਰਮਣੀਕ ਥਾਂ ਹੈ ਸਤਸੰਗ ਜੀ ਪਿਆਰ ਵਾਲਿਆਂ ਤੋਂ ਰਿਹਾ ਨਾ ਗਿਆ ਦੱਸ ਦਿੱਤੀ ਵਾਰਤਾ ਸੱਚ ਪਾਤਸ਼ਾਹ ਜਿਹੜਾ ਦਿਲਵਾਗ ਘੋੜਾ ਜਿਹਦੀ ਅੰਤਮ ਸੰਭਾਲ ਕੀਤੀ ਗਈ ਸੀ ਇੱਥੇ ਇਰਾਨੀ ਕੀਮਤੀ ਦੁਸ਼ਾਲਾ ਪਾ ਕੇ ਉਹਨੂੰ ਦਫਨਾਇਆ ਗਿਆ ਸੀ ਮਹਾਰਾਜ ਕੁਛ ਸ਼ਰਾਰਤੀ ਲੋਕਾਂ ਨੇ ਕਹਿ ਦਈਏ ਨਾ ਲਾਲਚ ਵਸ ਹੋ ਕਰਕੇ ਮਹਾਰਾਜ ਜੀ ਉਹਨਾਂ ਨੇ ਉਹ ਦੁਸ਼ਾਲਾ ਚੁਰਾ ਕੇ ਵੇਚ ਦਿੱਤਾ ਸੱਚੇ ਪਾਤਸ਼ਾਹ ਕਹਿੰਦੇ ਭਾਈ ਬੁਲਾਓ ਉਹਨਾਂ ਨੂੰ ਨਗਰ ਵਾਲਿਆਂ ਨੇ ਆਖਿਆ ਕਹਿੰਦੇ ਮਹਾਰਾਜ ਜੀ ਉਹ ਤਾਂ ਹੁਣ ਪਰ ਰਹੇ ਨਹੀਂ ਇੱਥੇ ਡਰਦੇ ਨਗਰ ਵੀ ਛੱਡ ਗਏ ਨੇ ਗੁੱਜਰ ਜਾਤੀ ਦੱਸਿਆ ਜਾਂਦਾ ਇਤਿਹਾਸ ਵਿੱਚ ਆਉਂਦਾ ਤਾਂ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਤੇ ਬਚਨ ਕੀਤਾ ਫਿਰ ਸਹਿ ਸੁਪਾਏ ਕਹਿੰਦੇ ਗੁੱਜਰ ਜਾਤੀ ਅੱਜ ਤੋਂ ਇਸ ਨਗਰ ਦੇ ਵਿੱਚ ਰਹਿ ਨਹੀਂ ਸਕੇਗੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿੰਨਾ ਸਮਾਂ ਹੋ ਗਿਆ ਸੈਂਕੜੇ ਸਾਲ ਲੰਘੇ ਅੱਜ ਤੱਕ ਸਿਆੜ ਨਗਰ ਦੇ ਵਿੱਚ ਗੁੱਜਰ ਜਾਤੀ ਨਾ ਰਹੀ ਹੈ ਨਾ ਕੋਈ ਵੱਸ ਸਕਿਆ ਹੈ ਮੁੜ ਕੇ ਆ ਕੇ ਤੇ ਜਿੱਥੇ ਸੇਵਾ ਕੀਤੀ ਨਾ ਬੜੇ ਪਿਆਰ ਦੇ ਵਿੱਚ ਦਰਸ਼ਨ ਕਰਦੇ ਨੇ ਮਹਾਰਾਜ ਜੀ ਦੇ ਤੇ ਮਹਾਰਾਜ ਜੀ ਨੂੰ ਫਿਰ ਜਦੋਂ ਜਾਣ ਦੇ ਲਈ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਹਿੰਦੇ ਭਾਈ ਹੁਣ ਅਸੀਂ ਅੱਗੇ ਜਾਣਾ ਰਿਹਾ ਨਾ ਗਿਆ ਪਿਆਰ ਵਾਲੇ ਨਗਰ ਸਿਆੜ ਦੇ ਜੋ ਵਡਾਰੂ ਮਹਾਰਾਜ ਜੀ ਨਹੀਂ ਚਿੱਤ ਨਹੀਂ ਕਰਦਾ ਇੱਥੇ ਹੀ ਬਰਾਜੋ ਆਪ ਜੀ ਦੇ ਲਈ ਜਥਾ ਸ਼ਕਤ ਜੋ ਸਾਡੇ ਕੋਲੋਂ ਹੋਏਗਾ ਸੇਵਾ ਕਰਾਂਗੇ ਇੱਥੇ ਮਹਿਲ ਬਣਾ ਦਿੰਦੇ ਹਾਂ ਮਹਾਰਾਜ ਜੀ ਅਸਥਾਨ ਆਪ ਜੀ ਲਈ ਉਸਾਰ ਦਿੱਤੇ ਕਹਿੰਦੇ ਨਹੀਂ ਭਾਈ ਜਾਣਾ ਅੱਗੇ ਕਹਿੰਦੇ ਮਹਾਰਾਜ ਮਨ ਨਹੀਂ ਠਹਿਰਦਾ ਰਹੋ
ਤਾਂ ਫਿਰ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਜੀ ਨੇ ਉੱਥੇ ਬਚਨ ਆਖਿਆ। ਸਾਰੇ ਨਗਰ ਨੂੰ ਸੰਬੋਧਨ ਕਰਕੇ ਕਹਿੰਦੇ ਭਾਈ ਤੁਹਾਡਾ ਪਿਆਰ ਦੇਖਦੇ ਹੋਏ ਸੇਵਾ ਤੋਂ ਖੁਸ਼ ਹੋ ਕਰਕੇ ਇਸ ਸਿਆੜ ਨਗਰ ਦੇ ਵਿੱਚ ਐਸੀ ਨਿਰੰਕਾਰ ਦੇ ਕਰਤਾਰ ਦੇ ਕਹਿ ਦਈਏ ਨਿਰੰਕਾਰ ਦੇ ਕੋਲੋਂ ਕਹਿ ਦਈਏ ਬਖਸ਼ੀ ਹੋਈ ਦਰਗਾਹੀ ਰੂਹ ਭੇਜਾਂਗੇ। ਸਾਧ ਸੰਗਤ ਜੀ ਕੈਸੇ ਮਹਾਂਪੁਰਖਾਂ ਦੇ ਰੂਪ ਦੇ ਵਿੱਚ ਜੋ ਇਸ ਨਗਰ ਦੇ ਵਿੱਚ ਆਉਣਗੇ ਜਿਨ੍ਹਾਂ ਦੀ ਬਾਬਤ ਗੁਰੂ ਸਾਹਿਬ ਦਾ ਵਚਨ ਹੈ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਿਨ੍ਹਾਂ ਦੇ ਆਉਣ ਸਦਕਾ ਇਹ ਸਿਆੜ ਨਗਰ ਸਤ ਸੰਗਤ ਜੀ ਵਰਲਡ ਦੇ ਨਕਸ਼ੇ ਦੇ ਵਿੱਚ ਵੀ ਆ ਜਾਏਗਾ ਲੋਕ ਤੇ ਪਰਲੋਕ ਦੇ ਵਿੱਚ, ਕਿਉਂਕਿ ਸਤ ਸੰਗਤ ਜੀ ਜਿਸ ਥਾਂ ਦੇ ਜਿਸ ਨਗਰ ਦੇ ਵਿੱਚ ਪਰ ਉਪਕਾਰੀ ਰੂਹ ਨਾਮ ਜਪਣ ਵਾਲੇ ਬੰਦਗੀ ਵਾਲੇ ਦਰਗਾਹੀ ਸਤ ਸੰਗਤ ਜੀ ਰੱਬ ਦੇ ਪਿਆਰੇ ਆ ਜਾਂਦੇ ਨੇ ਉਹ ਨਗਰ ਬੈਕੁੰਠੀ ਬਣ ਜਾਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਬਚਨਾ ਦਾ ਸਦਕਾ ਸਤ ਸੰਗਤ ਜੀ ਇਸ ਸਿਆੜ ਸਾਹਿਬ ਦੀ ਧਰਤੀ ਨੂੰ ਨਾਮ ਦੇ ਰਸੀਏ ਕਰਮ ਜੋਗੀ ਦਰਗਾਹੀ ਫਕੀਰ ਨਿਰਮਲ ਹਿਰਦੇ ਵਾਲੇ ਮਿੱਠ ਬੋਲੜੇ ਸ਼ਾਂਤ ਚਿੱਤ ਨਾਮ ਬਾਣੀ ਦੇ ਅਭਿਆਸੀ ਬ੍ਰਹਮ ਬੇਤੇ ਜੋਗੀ ਰਾਜ ਜੋਗੀ ਪਰਮ ਪੂਜਨੀਕ ਧੰਨ ਸ਼੍ਰੀ ਹਜੂਰ ਬਾਬਾ ਜੀ ਸਿਆੜ ਸਾਹਿਬ ਵਾਲਿਆਂ ਨੇ ਅਵਤਾਰ ਲਿਆ। ਆਖੋ ਸਤਨਾਮ ਸਤਿ ਸ਼੍ਰੀ ਅਕਾਲ। ਸਾਰਾ ਸੰਸਾਰ ਆਪਣੇ ਕਰਮਾਂ ਦੇ ਅਨੁਸਾਰ ਆਉਂਦਾ ਹੈ ਤੇ ਜਾਂਦਾ, ਪਰ ਜਿਹੜੇ ਨਾਮ ਜਪਣ ਵਾਲੇ ਨੇ ਨਾ ਐਸੇ ਦਰਗਾਹੀ ਫਕੀਰ ਉਹਨਾਂ ਦੀ ਬਾਬਤ ਤਾਂ ਬਚਨ ਹੈ ਭੇਜੇ ਭਗਵਾਨ ਨੇ ਆਪਣੀ ਆਉਂਦੇ ਸਾਧੂ ਭੇਜੇ ਭਗਵਾਨ ਨੇ ਆਪਣੀ ਆਉਂਦੇ ਸਾਧੂ ਭਗਵਾਨ ਨੇ ਆਪਣੀ ਆਉਂਦੇ ਸਾਧੂ ਭੇਜੇ ਭਗਵਾਨ ਨੇ ਆਪਣੀ ਆਉਂਦੇ ਭੇਜੇ ਭਗਵਾਨ ਨੇ ਆਪਣੀ ਆਉਂਦੇ ਸਾਧੂ 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 ਸਾਧੂ ਆਪਣੀ ਆਉਂਦੇ ਸਾਧੂ ਆਪਣੀ ਆਉਂਦੇ ਸਾਧੂ ਆਪਣੀ ਆਉਂਦੇ ਸਾਧੂ ਭੇਜੇ ਨਿਰੰਕਾਰ ਨੇ ਆਪਣੀ ਆਉਂਦੇ ਸਾਧੂ ਭੇਜੇ ਨਿਰੰਕਾਰ ਨੇ ਆਪਣੀ ਆਉਂਦੇ ਸਾਧੂ ਕਰਤਾਰ ਨੇ ਆਉਂਦੇ ਸਾਧੂ ਭੇਜੇ ਕਰਤਾਰ ਨੇ ਆਪਣੀ ਆਉਂਦੇ ਭੇਜੇ ਕਰਤਾਰ ਨੇ ਆਪਣੀ ਆਉਂਦੇ ਸਾਧੂ ਭੇਜੇ ਕਰਤਾਰ ਨੇ ਆਪਣੀ ਆਉਂਦੇ ਸਾਧੂ ਭਾਗ ਠੜੇ ਹਰ ਸੰਤ ਤੂੰ ਮਾਰੇ ਜਿਨ
ਗਣੀ ਸਹੀਏ ਆਏ ਸਭ ਦਿਨਾਂ ਛੇ ਕਾਮਾ ਏ ਮਹਾਰਾਜ ਜੀ ਦੇ ਬਚਨ ਮੀਰੀ ਪੀਰੀ ਦੇ ਪਾਤਸ਼ਾਹ ਨੇ ਵਰ ਦਿੱਤਾ ਤੇ ਮਹਾਰਾਜ ਜੀ ਧੰਨ ਸ਼੍ਰੀ ਹਜ਼ੂਰ ਬਾਬਾ ਜੀ ਸਿਆੜ ਸਾਹਿਬ ਵਾਲੇ ਸਤ ਸੰਗਤ ਜੀ ਜਿਨ੍ਹਾਂ ਨੇ ਸਤਿਕਾਰਯੋਗ ਪਿਤਾ ਸਰਦਾਰ ਅਮਰ ਸਿੰਘ ਜੀ ਸਤਿਕਾਰਯੋਗ ਮਾਤਾ ਰਾਮ ਕੌਰ ਜੀ ਤਿਨ੍ਹਾਂ ਦੇ ਗ੍ਰਹਿ ਨੂੰ ਭਾਗ ਲਾਏ ਕਿਉਂਕਿ ਮਹਾਰਾਜ ਦੇ ਬਚਨ ਵੀ ਨੇ ਧੰਨ ਸੋ ਵੰਸ਼ ਧੰਨ ਸੋ ਪਿਤਾ ਧੰਨ ਸੋ ਮਾਤਾ ਜਿਨ ਜਨ ਜਾਣੇ ਪਤਾ ਨੀ ਕਿੰਨੇ ਕੁ ਸੈਂਕੜੇ ਜਨਮਾਂ ਦਾ ਤਪ ਜੀ ਦੇ ਸਦਕਾ ਉਸ ਗ੍ਰਹਿ ਦੇ ਵਿੱਚ ਸਤ ਸੰਗਤ ਜੀ ਧੰਨ ਸ਼੍ਰੀ ਹਜ਼ੂਰ ਬਾਬਾ ਜੀ ਨੇ ਭਾਗ ਲਾਏ ਮਾਘ ਮਹੀਨੇ ਦੀ ਸੰਗਰਾਂਦ 13 ਜਨਵਰੀ 1906 ਅੰਮ੍ਰਿਤ ਵੇਲੇ ਸਵੇਰੇ 2:15 ਵਜੇ ਬਾਬਾ ਜੀ ਨੇ ਸਿਆੜ ਸਾਹਿਬ ਦੀ ਧਰਤੀ ਦੇ ਉੱਤੇ ਅਵਤਾਰ ਲਿਆ ਸਾਰਾ ਸੰਸਾਰ ਸਤ ਸੰਗਤ ਜੀ ਜੰਮਦਾ ਤੇ ਮਰਦਾ ਪਰ ਮਹਾਂਪੁਰਖ ਜਨ ਜਨ ਮਰਨ ਦਹੂ ਮੈਂ ਨਾਹੀ ਜਨ ਪਰ ਉਪਕਾਰੀ ਆਏ ਉਹ ਤਾਂ ਆਪਣੀਆਂ ਡਿਊਟੀਆਂ ਨਿਭਾਉਣ ਦੇ ਲਈ ਜੋ ਨਿਰੰਕਾਰ ਵੱਲੋਂ ਲਾ ਕੇ ਭੇਜੀਆਂ ਜਾਂਦੀਆਂ ਨੇ ਉਹ ਸਤ ਸੰਗਤ ਜੀ ਨਿਭਾਉਣ ਲਈ ਆਉਂਦੇ ਨੇ ਸਾਨੂੰ ਸਾਡਾ ਚਿੱਕੜ ਦੇ ਵਿੱਚੋਂ ਗੱਡਾ ਕੱਢਣ ਲਈ ਆਉਂਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਹਿਲੇ ਦਰਸ਼ਨ ਕੀਤੇ ਉਹ ਧੰਨਤਾ ਦੇ ਯੋਗ ਹੈ ਜ਼ਿਕਰ ਆਉਂਦਾ ਜਿਹੜੀ ਦਾਈ ਸੀ ਨਾ ਬੀਬੀ ਜਿਉਣੀ ਫਕੀਰਨੀ ਉਹਦਾ ਨਾਮ ਸੀ ਉਹਨੇ ਦਰਸ਼ਨ ਕੀਤੇ ਬਾਲ ਸਰੂਪ ਵਿੱਚ ਸਭ ਤੋਂ ਪਹਿਲਾਂ ਬਾਬਾ ਜੀ ਦੇ ਦੀਵੇ ਦੀ ਮੱਧਮ ਲੋ ਅੱਜ ਕੱਲ੍ਹ ਦੀਆਂ ਤਰ੍ਹਾਂ ਆ ਕੋਈ ਲਾਈਟਾਂ ਨਹੀਂ ਸੀ ਹੁੰਦੀਆਂ ਦੀਵੇ ਦੀ ਮੱਧਮ ਲੋ ਦੇ ਵਿੱਚ ਜਿਹੜਾ ਨਵ ਜਨਮਿਆ ਬਾਲਕ ਹੈ ਨਾ ਨੂਰੀ ਸਾਧ ਸੰਗਤ ਜੀ ਉਹਦਾ ਚਿਹਰਾ ਦਰਸ਼ਨੀ ਜਾਪਿਆ ਆਪਣੇ ਆਪ ਨੂੰ ਅੰਦਰੋਂ ਹੀ ਸੋਚ ਰਹੀ ਹੈ ਉਹ ਮਾਤਾ ਜਿਹੜੀ ਦਾਈ ਹੈ ਵੀ ਮੇਰੇ ਇਸ ਹੱਥਾਂ ਦੇ ਵਿੱਚ ਪਤਾ ਨੀ ਕਿੰਨੇ ਕੁ ਬਾਲਕਾਂ ਨੇ ਜਨਮ ਲੈ ਲਿਆ ਪਰ ਅੱਜ ਇਹ ਜਿਹੜਾ ਬਾਲਕ ਜਨਮਿਆ ਹੈ ਇਹ ਕੋਈ ਦਰਗਾਹੀ ਫਕੀਰ ਹੈ ਆਈ ਵਾਰ ਸਤਿਕਾਰਯੋਗ ਪਿਤਾ ਸਰਦਾਰ ਅਮਰ ਸਿੰਘ ਤੇ ਸਤਿਕਾਰਯੋਗ ਦਾਦੀ ਨੰਦੀ ਜੀ ਬਾਬਾ ਜੀ ਦੇ ਦਾਦੀ ਜੀ ਸੀ ਆ ਕਰਕੇ ਵਧਾਈਆਂ ਦਿੱਤੀਆਂ ਪਿਤਾ ਜੀ ਨੂੰ ਆਖ ਰਹੇ ਨੇ ਸਰਦਾਰ ਅਮਰ ਸਿੰਘ ਜੀ ਨੂੰ ਕਿ ਜਿੱਥੇ ਵਧਾਈਆਂ ਦਿੰਦੇ ਨੇ ਉੱਥੇ ਕਹਿੰਦੇ ਨੇ ਕਹਿੰਦੇ ਇਹ ਕੋਈ ਬਾਲਕ ਹੈ ਜਿਹੜਾ ਆਪ ਜੀ ਦੇ ਘਰ ਗ੍ਰਹਿ ਆਏ ਨੇ ਨਾ ਅੱਜ ਜਿਨ੍ਹਾਂ ਨੇ ਅਵਤਾਰ ਲਿਆ ਇਹ ਮੇਰੀਆਂ ਨਜ਼ਰਾਂ ਬਥੇਰੇ ਬਾਲਕ ਇਹਨਾਂ ਹੱਥਾਂ ਦੇ ਰਾਹੀਂ ਜਿਨ੍ਹਾਂ ਨੇ ਜਨਮ ਲਿਆ ਪਰ ਮੈਂ ਇਹਨਾਂ ਕੁ ਦੱਸ ਸਕਦੀ ਹਾਂ ਜਿੰਨੀ ਉਸ ਬਾਲ ਸਰੂਪ ਦੇ ਵਿੱਚ ਦਰਸ਼ਨ ਕਰਕੇ ਮੈਨੂੰ ਬੁੱਧੀ ਬਖਸ਼ ਦਿੱਤੀ ਹੈ ਕਹਿੰਦਾ ਨਿਰੰਕਾਰ ਨੇ ਇਹ ਕੋਈ ਸਧਾਰਨ ਬਾਲਕ ਨਹੀਂ ਗਾ ਆਖੋ ਸਤਨਾਮ ਸਤ ਸੰਗਤ ਜੀ ਪਰਿਵਾਰ ਦੇ ਵਿੱਚ ਕਹਿ ਦਈਏ ਬਾਬਾ ਜੀ ਦੇ ਦਾਦੀ ਜੀ ਜਿਨ੍ਹਾਂ ਦਾ ਨਾਂ ਹੈ ਦਾਦੀ ਨੰਦੀ ਜੀ ਦਾਦਾ ਜੀ ਸੀ ਨਾ ਜੋ ਬਾਬਾ ਜੀ ਦੇ ਉਹ 1902 ਦੇ ਵਿੱਚ ਹੀ ਪਰਲੋਕ ਚਲੇ ਗਏ ਸੀ ਪਲੇਗ ਫੈਲੀ ਸੀ ਵੱਡੀ ਉਹਦੇ ਵਿੱਚ ਹੀ ਤੇ ਦਾਦੀ ਜੀ ਦਾ ਜਿਹੜਾ ਪੇਕਾ ਨਗਰ ਸੀ ਅਲੀਪੁਰ ਨੇੜੇ ਅਮਰਗੜ੍ਹ ਜ਼ਿਲ੍ਹਾ ਸੰਗਰੂਰ ਬੜੀਆਂ ਪਿਆਰ ਖੁਸ਼ੀਆਂ ਪਰਿਵਾਰ ਦੇ ਵਿੱਚ ਮਾਘ ਦਾ ਮਹੀਨਾ ਹੋਣ ਕਰਕੇ ਸੱਚੇ ਪਾਤਸ਼ਾਹ ਵੀ ਪੰਚਮ ਪਾਤਸ਼ਾਹ ਮਹਾਰਾਜ ਜੀ ਮਾਝ ਰਾਗ ਦੇ ਵਿੱਚ ਕਿਰਪਾ ਕਰਦੇ ਨੇ ਮਾਘ ਮਹੀਨੇ ਦੇ ਪ੍ਰਥਾਏ ਮਾਘ ਮੱਜਣ ਸਿੰਘ ਸਾਧੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸਾਨ ਸੱਚੇ ਮਾਰਗ ਚੱਲਦਿਆਂ ਉਸਤਤ ਕਰ ਜਹਾਨ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਜਿਸਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਘ ਸੁੱਚੇ ਸੇ ਕਾਂਢੀਐ ਜਿਨ ਪੂਰਾ ਗੁਰ ਮਿਹਰਬਾਨ ਉਸ ਵੇਲੇ ਕਿਸੇ ਨੂੰ ਕੀ ਪਤਾ ਸੀ ਵੀ ਜਿਹੜਾ ਅੱਜ ਬਾਲਕ ਜਨਮਿਆ ਹੈ ਇਹ ਸਾਧੂਆਂ ਦੇ ਸੰਗ ਮਜਨ ਕਰਨ ਵਾਲਾ ਇਹ ਸਾਧੂਆਂ ਦੇ ਨਾਲ ਸਾਧ ਸੰਗਤ ਜੀ ਸਭਨਾ ਨੂੰ ਦਾਨ ਕਰਨ ਵਾਲਾ ਸੱਚ ਦੇ ਮਾਰਗ ਦਾ ਪੰਧੀ ਪ੍ਰੀਤਮ ਦੇ ਗੁਣ ਗ੍ਰਹਿਣ ਕਰਨ ਵਾਲਾ ਇੱਕ ਸੁਜਾਨ ਪੁਰਖ ਹੋਊਗਾ ਕਿਸੇ ਨੂੰ ਕੀ ਪਤਾ ਸੀ ਤੇ ਸੁਜਾਨ ਪੁਰਖ ਜਿਹਦੀ ਸਾਰਾ ਜਹਾਨ ਸਾਰਾ ਸੰਸਾਰੀ ਉਸਤਤ ਕਰੂਗਾ
ਤੇ ਨਾਮਕਰਨ ਕੀਤਾ ਗਿਆ, ਨਾਮ ਰੱਖਿਆ ਗਿਆ ਮੀਹਾ ਸਿੰਘ ਜੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਸ ਬਾਬਾ ਜੀ, ਸਾਧ ਸੰਗਤ ਜੀ, ਸਾਰੀ ਦੁਨੀਆ ਨੂੰ ਤਾਰਨੇ ਆ ਗਏ ਨੇ, ਪੂਰਨ ਜੋਗੀ ਮੇਰੇ ਬਾਬਾ ਜੀ, ਦੁਨੀਆ ਨੂੰ ਤਾਰਨ ਆ ਗਏ ਨੇ, ਪੂਰਨ ਜੋਗੀ ਮੇਰੇ ਬਾਬਾ ਜੀ, ਦੁਨੀਆ ਨੂੰ ਤਾਰਨ ਆ ਗਏ ਨੇ, ਪੂਰਨ ਜੋਗੀ ਮੇਰੇ ਬਾਬਾ ਜੀ, ਸਾਰੀ ਦੁਨੀਆ ਨੂੰ ਤਾਰਨ ਆ ਗਏ ਨੇ, ਪੂਰਨ ਜੋਗੀ ਮੇਰੇ ਬਾਬਾ ਜੀ, ਦੁਨੀਆ ਨੂੰ ਤਾਰਨ ਆ ਗਏ ਨੇ, ਪੂਰਨ ਜੋਗੀ ਮੇਰੇ ਬਾਬਾ ਜੀ, ਸਾਰੀ ਦੁਨੀਆ ਨੂੰ ਤਾਰਨ ਆ ਗਏ ਨੇ, ਪੂਰਨ ਜੋਗੀ ਮੇਰੇ ਬਾਬਾ ਜੀ, ਸਾਰੀ ਦੁਨੀਆ ਨੂੰ ਤਾਰਨੇ ਆ ਗਏ ਨੇ, ਪੂਰਨ ਜੋਗੀ ਮੇਰੇ ਬਾਬਾ ਜੀ, ਸਾਰੀ ਦੁਨੀਆ ਨੂੰ ਤਾਰਨੇ ਆ ਗਏ ਨੇ, ਪੂਰਨ ਜੋਗੀ ਮੇਰੇ ਬਾਬਾ ਜੀ, ਦੁਨੀਆ ਨੂੰ ਤਾਰਨ ਆ ਗਏ ਨੇ, ਪੂਰਨ ਜੋਗੀ ਮੇਰੇ ਬਾਬਾ ਜੀ, ਸਾਰੀ ਦੁਨੀਆ ਨੂੰ ਤਾਰਨ ਆ ਗਏ ਨੇ, ਪੂਰਨ ਜੋਗੀ ਮੇਰੇ ਬਾਬਾ, ਸਾਰੀ ਦੁਨੀਆ ਨੂੰ ਤਾਰਨ ਆ ਗਏ ਨੇ, ਪੂਰਨ ਜੋਗੀ ਮੇਰੇ ਬਾਬਾ ਜੀ, ਸਾਰੀ ਦੁਨੀਆ ਨੂੰ ਤਾਰਨ ਆ ਗਏ ਨੇ, ਪੂਰਨ ਜੋਗੀ ਮੇਰੇ ਬਾਬਾ ਜੀ, ਸਾਰੀ ਦੁਨੀਆ ਨੂੰ ਤਾਰਨ ਆਏ, ਸਾਰੀ ਦੁਨੀਆ ਨੂੰ ਤਾਰਨ ਆਏ, ਸਾਰੀ ਦੁਨੀਆ ਨੂੰ ਤਾਰਨ ਆਏ, ਦੁਨੀਆ ਨੂੰ ਤਾਰਨ ਆਏ, ਸਾਰੀ ਦੁਨੀਆ ਨੂੰ ਤਾਰਨ ਆਏ, ਸਾਰੀ ਦੁਨੀਆ ਨੂੰ ਤਾਰਨ ਆ ਗਏ ਨੇ, ਪੂਰਨ ਜੋਗੀ ਮੇਰੇ ਬਾਬਾ ਜੀ, ਸਾਰੀ ਦੁਨੀਆ ਨੂੰ ਤਾਰਨੇ ਆਏ ਨੇ, ਪੂਰਨ ਜੋਗੀ ਮੇਰੇ ਬਾਬਾ ਦੇ, ਦੁਨੀਆ ਨੂੰ ਤਾਰਨ ਆਏ ਨੇ, ਪੂਰਨ ਜੋਗੀ ਮੇਰੇ ਬਾਬਾ ਜੀ, ਸਾਰੀ ਦੁਨੀਆ ਨੂੰ ਤਾਰਨ ਆਏ ਨੇ, ਪੂਰਨ ਜੋਗੀ ਮੇਰੇ ਬਾਬਾ, ਦੁਨੀਆ ਨੂੰ ਤਾਰਨ ਆਏ ਨੇ, ਪੂਰਨ ਜੋਗੀ ਮੇਰੇ ਬਾਬਾ ਜੀ, ਸਾਰੀ ਦੁਨੀਆ ਨੂੰ ਤਾਰਨ ਆਏ ਨੇ, ਪੂਰਨ ਜੋਗੀ ਮੇਰੇ ਬਾਬਾ ਜੀ, ਭਾਰਤ ਦੀ ਭੂਮੀ ਉੱਤੇ ਰੰਗਲੇ ਪੰਜਾਬ ਵਿੱਚ, ਰੰਗਲੇ ਪੰਜਾਬ ਵਿੱਚ, ਉਹ ਰਾਜੇ ਜੋਗੀ ਆਉਂਦੇ ਰਹਿੰਦੇ ਨਿੱਤ ਅਵਤਾਰ ਜੀ, ਜ਼ਿਲ੍ਹਾ ਲੁਧਿਆਣੇ ਵਿੱਚ ਭਾਗਾਂ ਵਾਲਾ ਸਿਆੜ ਪਿੰਡ, ਭਾਗਾਂ ਵਾਲਾ ਸਿਆੜ ਪਿੰਡ,
ਸ਼ਕਤੀ ਅਪਾਰ ਜੀ ਮਾਤਾ ਰਾਮ ਕੌਰ ਪਿਤਾ ਜਿਨ੍ਹਾਂ ਦੇ ਅਮਰ ਸਿੰਘ ਉਹ ਜਿਨ੍ਹਾਂ ਦੇ ਅਮਰ ਸਿੰਘ ਅਮਰ ਰਹਿਣਗੇ ਦੋਵੇਂ ਜੁਗ ਚਾਰ ਜੀ ਜਨਵਰੀ 13 ਸੰਨ 1906 ਸੀਗਾ 1906 ਸੀਗਾ ਭਾਗਾਂ ਨਾਲ ਭਰਿਆ ਹੋਇਆ ਲੋਹੜੀ ਦਾ ਤਿਉਹਾਰ ਜੀ ਰੱਬ ਨਾਲ ਜੋੜ ਦਿੱਤਾ ਰੱਬ ਨਾਲ ਜੋੜ ਦਿੱਤਾ ਉਹ ਨਾਮ ਮੀਆਂ ਸਿੰਘ ਜੀ ਨੇ ਲਾਤੀ ਗੁਲਜ਼ਾਰ ਜੀ ਇਹ ਸਮਾਂ ਐਸਾ ਸਾਧ ਸੰਗਤ ਜੀ 1906 13 ਜਨਵਰੀ ਨੂੰ ਭਾਗ ਲਾਏ ਨਗਰ ਸਿਆੜ ਸਾਹਿਬ ਦੀ ਧਰਤੀ ਨੂੰ ਤਦ ਕਿਸੇ ਨੂੰ ਕੀ ਪਤਾ ਸੀ ਜਿਹੜਾ ਇਹ ਬਾਲਕ ਅੱਜ ਜਿਹਨੇ ਅਵਤਾਰ ਲਿਆ ਉਹਦੀ ਜੈ ਜੈਕਾਰ ਸਾਰਾ ਸੰਸਾਰ ਕਰੇਗਾ ਪਿਤਾ ਜੀ ਸਰਦਾਰ ਅਮਰ ਸਿੰਘ ਜੀ ਬੜਾ ਜਿਹਨਾਂ ਦਾ ਸਾਧੂ ਸੁਭਾਅ ਹੈ ਹਰ ਰੋਜ਼ ਦਾ ਕਰਮ ਕਹਿੰਦੇ ਮਹਾਂਪੁਰਖਾਂ ਨੂੰ ਸਾਧੂਆਂ ਨੂੰ ਪ੍ਰਸ਼ਾਦਾ ਛੱਕ ਕੇ ਫਿਰ ਜਲ ਪਾਣੀ ਪ੍ਰਸ਼ਾਦਾ ਛੱਕਿਆ ਕਰਦੇ ਕਿਰਸਾਣੀ ਹੱਥੀ ਕਿਰਤ ਕਰਨ ਵਾਲੇ ਬੜਾ ਸਾਰਾ ਨਗਰ ਜਿਹਨਾਂ ਦਾ ਸਤਿਕਾਰ ਕਰਦਾ ਬੜਾ ਨਗਰ ਦੇ ਵਿੱਚ ਪਿਆਰ ਹੈ ਇਲਾਕੇ ਵਿੱਚ ਵੀ ਪਿਆਰ ਤੇ ਸੇਵਾ ਦੀ ਗੁੜਤੀ ਮਾਨੋ ਕਹਿ ਦੀਏ ਬਾਬਾ ਜੀ ਨੂੰ ਪਰਿਵਾਰ ਦੇ ਵਿੱਚੋਂ ਹੀ ਮਿਲੀ ਕਿਉਂਕਿ ਹਰ ਰੋਜ਼ ਕਹਿੰਦੇ ਸਾਧੂਆਂ ਨੂੰ ਜਲ ਪਾਣ ਪ੍ਰਸ਼ਾਦਾ ਛਕਾ ਕੇ ਫਿਰ ਪ੍ਰਸ਼ਾਦਾ ਛਕਿਆ ਕਰਦੇ ਸੀ ਪਿਤਾ ਜੀ ਸਤ ਸੰਗਤ ਜੀ ਬਚਪਨ ਦੇ ਬੇਅੰਤਾਂ ਬਾਬਾ ਜੀ ਦੇ ਕੌਤਕ ਨੇ ਸਾਰਾ ਪਰਿਵਾਰ ਆ ਜਿੱਥੇ ਤਿਉ ਪਿਆਰ ਕਰਦਾ ਨਾ ਬਾਲ ਸਰੂਪ ਬਾਬਾ ਜੀ ਨੂੰ ਉੱਥੇ ਆਸ ਗੁਆਂਢ ਸਾਰੀ ਉਹ ਪੱਤੀ ਜਿਸ ਪੱਤੀ ਵਿੱਚ ਰਹਿੰਦੇ ਨੇ ਸਾਰਾ ਨਗਰੀ ਤੇ ਵੇ ਪਿੰਡ ਦੇ ਵਿੱਚ ਕਹਿੰਦਾ ਦਾਦੀ ਨੰਦੀ ਦਾ ਪੋਤਾ ਕਰਕੇ ਪ੍ਰਸਿੱਧ ਹੋ ਗਏ ਬਾਬਾ ਜੀ ਸਭ ਨੂੰ ਜਿਹਦੇ ਕੋਲ ਜਾਂਦੇ ਬਸ ਉਹਦਾ ਮਨ ਮੋਹ ਲੈਂਦੇ ਕੌਣ ਹੈ ਦਾਦੀ ਨੰਦੀ ਦਾ ਪੋਤਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਰ ਕਿਸੇ ਨੂੰ ਕੀ ਪਤਾ ਸੀ ਇਹ ਦਾਦੀ ਨੰਦੀ ਦਾ ਪੋਤਾ ਇੱਕ ਦਿਨ ਸੰਸਾਰ ਪ੍ਰਸਿੱਧ ਹੋ ਜਾਊਗਾ ਕਿਉਂ ਕਿਉਂਕਿ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਉਹ ਵੀ ਸਮਾਂ ਆਇਆ 6 ਸਾਲ ਦੀ ਉਮਰ ਹੋ ਗਈ ਸਤ ਸੰਗਤ ਜੀ ਪੜ੍ਹਨੇ ਪਾਉਣਾ ਇਸੇ ਹੀ ਨਗਰ ਦੇ ਨਗਾਈਆ ਪਰਿਵਾਰ ਦੇ ਵਿੱਚੋਂ ਮਹਾਂਪੁਰਖ ਸਾਧੂ ਗਿਆਨ ਦਾਸ ਸਤ ਸੰਗਤ ਜੀ ਜਿਹੜੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਸੰਥਾ ਤੇ ਹੋਰ ਧਾਰਮਿਕ ਗ੍ਰੰਥਾਂ ਦੀ ਸੰਥਿਆ ਸ਼੍ਰੀ ਭੈਣੀ ਸਾਹਿਬ ਤੋਂ ਪ੍ਰਾਪਤ ਕਰਕੇ ਆਏ ਸੀ ਉਦਾਸੀਨ ਸੰਪਰਦਾ ਦੇ ਵਿੱਚੋਂ ਮਹਾਂਪੁਰਖ ਸੀ ਇਸੇ ਨਗਰ ਦੇ ਜੰਮ ਪਲ ਸੀ ਉਹ ਆਏ ਮਨ ਦੇ ਵਿੱਚ ਫੁਰਨਾ ਫੁਰਿਆ ਵੀ ਇਹ ਜਿਹੜੀ ਵਿਦਿਆ ਨੂੰ ਅੱਗੇ ਵੰਡਿਆ ਜਾਵੇ ਕਿਉਂਕਿ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਅੱਗੇ ਵੰਡਿਆ ਜਾਵੇ ਇਹ ਗੁਰਮੁਖੀ ਦੇ ਅੱਖਰ ਨੇ ਜਿਹੜੇ ਸਿਖਾਏ ਜਾਣ ਤਾਂ ਕਿ ਗੁਰੂ ਨਾਨਕ ਦੇ ਦਰਸ਼ਨ ਕਰਨ ਦੇ ਯੋਗ ਹੋ ਸਕਣ ਸਤ ਸੰਗਤ ਜੀ ਬੱਚੇ ਜੇਕਰ ਆਉਂਦਾ ਜਿਹੜੇ ਨਾਲ ਦੇ ਪਿੰਡ ਨੇ ਧੌਲ ਮਾਜਰਾ ਧੌਲ ਕਲਾਂ ਬਾਬਾ ਜੀ ਉੱਥੇ ਗਏ ਮਹਾਤਮਾ ਗਿਆਨ ਦਾਸ ਜੀ ਪਿੰਡ ਵਾਲਿਆਂ ਨੂੰ ਕਿਹਾ ਭਾਈ ਵੀ ਜਿਹਨਾਂ ਨੇ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਮੇਰੇ ਪਾਸ ਭੇਜ ਦਿਓ ਸਾਰੇ ਏਦਾਂ ਆਖਦੇ ਵੀ ਨਾ ਭਾਈ ਫਿਰ ਕੰਮ ਕਾਰ ਕੌਣ ਕਰੇਗਾ
सतसंग जी खेती पत्ती दे काम होंदे सारे घर दे घरेलू काम नहीं, बाबा जी अपने नगर च आ गए ते पिंड दे मोहतवारा ने सियाणिया ने सियाड़ साहब दे नगर उन्होंने फैसला किया भी बाबा जी दे पास कहना आपां बच्चियां नूं पढ़न लाउने धर्मशाला दे विच। उत्थे सतसंग जी 40 जिहड़े बच्चे ने वह पढ़न लाए गए। बाबा जी दे जिहड़े जमाती जिन्हां दा जिक्र आउंदा मुख करके मेहर सिंह जी जिन्हां नूं जथेदार कहिंदे हुंदे सी, भाई हजूरा सिंह जी जिन्हां नूं बाबा जी बाल सखा कह के संबोधन करिया करदे सी, भाई करतार सिंह, भाई अमर सिंह, भाई ईश्वर सिंह, भाई साधु सिंह, भाई इंदर सिंह, ए नेड़े दे प्यार वाले जिहड़े बाबा जी दे हम उम्र हम जमाती सी 40 कु शरीर सतसंग जी। ते बाबा जी ने बाल उपदेश तो जिहड़े गुरमुखी दे अखर आ उह सिखाउणे शुरू कीते अगे मुहारनी। उस तो बाद धन श्री गुरु ग्रंथ साहिब महाराज की पावन गुरबाणी के दर्शन, श्री जप जी साहब के पाठ, धन श्री हजूर बाबा जी सियाड़ साहब वालों की मुबारक रसना तो सुनिया होया बचन। बाबा जी आख्या करते कहते मैं हाड़ महीने पढ़न लग्या सीगा अपने विद्या गुरु के पास, तो अगले साल भादों महीने तक 13 महीनों में अपनी पढ़ाई पूरी कर ली सी। सतसंग जी एक साल दे विच धन श्री गुरु ग्रंथ साहिब महाराज जी के संपूर्ण दर्शन कर ले, 12 महीनों दे विच ते 13वें महीने बाबा जी कहते कहते वह तो एक महीने विच पाठ नूं सरवणे कीता सी महापुरखां ने सुनिया। फिर सतसंग जी 6 साल की उम्र दे विच महापुरखां ने, क्योंकि जे किसी नूं वह पछाणन वाली अख दे देण कि ना उही पछाण सकदा, ते अख ओ महात्मा साधु ज्ञानदास जी जिन्हां दी नज़र दे विच आ के बाबा जी पछाणिया। बैठनी उठनी तकनी सोचनी समझनी बाकी बच्चों नालों अलहदा है, विलखण है, ये कोई आम शख्सियत नहीं। महात्मा त्रिकालदर्शी सी, त्रिकालदर्शी कह दिए वर्तमान भूत भविख जानण वाले, सीधा नहीं दसदे साध सां जी साधु रमज मार दिंदे हुंदे। महापुरखां ने तकिया बाबा ज्ञानदास जी ने बाबा जी सियाड़ वालियां दे कमर दे नेड़े पिठ ते कि ना एक काला तिण सी, उहनूं देख के कि ना बाबा जी आख्या करदे महात्मा ज्ञानदास जी ये जिहड़ा मुंडा है कि ना ये साधु बणूगा। आखो सतनाम श्री वाहिगुरु। इहदा इहदी सारा संसार जय जयकार करूगा बाबा जी दा। उह तिल तक के कि ना बाबा जी नूं आख्या करदे कहिंदे तैनूं रब ने ना माता दे गर्भ दे विच आर लाई है जिहड़ा काला तिल, तेरे कर्मां विच बंदगी है, तैनू उत्थे भी जगाया है। हर मन तन वसिया सोई जय जयकार करे सब कोई। सतसंग जी महात्मा ज्ञानदास जी ने बाकी बच्चियां नूं तां एक श्री जप जी साहब पाठ करन दी प्रेरणा दित्ती भी भाई लंगर छकण प्रशादा छकण तों पहलां एक पाठ जरूर करना, ते बाबा जी उहनां नूं पंज पाठां दी प्रेरणा दित्ती। पंज पाठ हौली हौली 25 पाठ करन लग गए। बचपन है असीं भी अपने अंदर झाती मार लीए, ताइयों तां महापुरखां दे जीवन तों साध संगत जी साडा फर्ज बन जांदा है सेध लईए, उहनां दे बचन सतगुरां दी कृपा सदका कमाईए। 25 पाठ फिर तां हौली हौली सैकड़े पाठ होण लग गए ने, ते महापुरख महात्मा ज्ञानदास जी आख्या करदे कहिंदे गुरसिखी मिलू कलंगी लगू पाठ करिया कर। आखो सतनाम श्री वाहिगुरु। रमजा साध संगत जी पिता सरदार अमर सिंह जी दे पास जदों जाना ना उन्हां ने साधु ज्ञानदास जी ने पिता जी नूं कहिंदे कहिंदे ऐ सरदार अमर सिंह जी अपने सुपुत्र नूं किते सधारण बालक अपना पुत्र ही ना जानी जाई सारी जिंदगी, ए साक्षात रब दा रूप है, इहदे कर्मां विच बंदगी है। सत संगत जी सतगुरां दी कृपा सदका मैं थोनूं वचन कर रिहा, वड्डे वड्डे राजे महाराजे इहनां दे पास आके टाइम मंगिया करनगे, टाइम मंगिया करनगे। सत संगत जी कहिंदे होर गल थोनूं दस दिंदा, भावें मैं इहनां नूं विद्या पढ़ाउणा पर तेरे पुत्तर ने सानू भव जल तों पार लाउणा। ए, 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 ए,
ਸਤਿ ਸ਼੍ਰੀ ਅਕਾਲ। ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ। ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਸਾਧ ਸੰਗਤ ਜੀ, ਤੇ ਇਉਂ ਕਹਿ ਦਈਏ, ਮਹਾਂਪੁਰਖ ਆਖਿਆ ਕਰਦੇ ਕਹਿੰਦੇ, ਇਹਨੇ ਸਾਨੂੰ ਭਵਜਲ ਤੋਂ ਤਾਂ ਪਾਰ ਲਾਉਣਾ। ਰੱਬ ਆਪ ਦੁਨੀਆਂ ਤੇ ਆਉਂਦਾ ਹੈ, ਸੰਤਾਂ ਵਾਲਾ ਰੂਪ ਧਾਰ ਕੇ ਰੱਬ ਆਪ ਦੁਨੀਆਂ ਤੇ ਆਉਂਦਾ ਹੈ, ਸੰਤਾਂ ਵਾਲਾ ਰੂਪ ਧਾਰ ਕੇ ਤਾਰ ਕੇ ਰੱਬ ਆਪ ਦੁਨੀਆਂ ਤੇ ਆਉਂਦਾ ਹੈ, ਸੰਤਾਂ ਵਾਲਾ ਰੂਪ ਤਾਰ ਆਪ ਦੁਨੀਆਂ ਤੇ ਆਉਂਦਾ ਹੈ, ਸੰਤਾਂ ਵਾਲਾ ਰੂਪ ਤਾਰ ਕੇ ਰੱਬ ਆਪ ਦੁਨੀਆਂ ਤੇ ਆਉਂਦਾ ਹੈ, ਸੰਤਾਂ ਵਾਲਾ ਰੂਪ ਤਾਰ ਕੇ। ਸਾਖਸ਼ਾਤ ਪਰਮੇਸ਼ਰ ਹੀ ਆਉਂਦਾ। 1933 ਦੇ ਵਿੱਚ ਕਹਿੰਦਾ ਬਾਬਾ ਜੀ ਨੂੰ ਜਦੋਂ ਤੋਂ ਪਰਮ ਪੂਜਨੀ ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਦੀ ਸੰਗਤ ਪ੍ਰਾਪਤ ਹੋ ਗਈ ਨਾ, ਉਸ ਸਮੇਂ ਤੋਂ ਸਾਧੂ ਗਿਆਨਦਾਸ ਜੀ ਬਾਬਾ ਜੀ ਨੂੰ ਕਿਹਾ ਕਰਦੇ। ਭਾਵੇਂ ਉਹਨਾਂ ਦੀ ਉਮਰ ਵੱਡੀ ਸੀ, ਵਿੱਦਿਆ ਪੜ੍ਹਾਈ ਸੀ, ਵਿੱਦਿਆ ਗੁਰੂ ਸੀ, ਕਹਿੰਦੇ ਤੈਨੂੰ ਗੁਰੂ ਨਾਨਕ ਦੇ ਮੈਂ ਅੱਖਰ ਸਿਖਾਏ ਨੇ, ਗੁਰਮੁਖੀ ਦੇ ਅੱਖਰ ਸਿਖਾਏ ਨੇ ਤੈਨੂੰ, ਪਰ ਤੇਰਾ ਜਨਮਾਂ ਜਨਮਾਂ ਦਾ ਤਪ ਹੈ, ਹੁਣ ਤੈਨੂੰ ਪੂਰਨ ਬ੍ਰਹਮ ਬੇਤਾ ਜੋਗੀ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਉਹ ਮੁਰਸ਼ਦ ਰੂਪ ਦੇ ਵਿੱਚ ਮਿਲ ਗਏ ਨੇ, ਹੁਣ ਮੇਰੀ ਬੇਨਤੀ ਆ ਦਰਗਾਹ ਦੇ ਵਿੱਚ ਮੈਨੂੰ ਸਾਂਭ ਲਈ, ਆਖੋ ਸਤਨਾਮ ਕੀ ਕਹਿੰਦੇ ਨੇ। ਤੈਨੂੰ ਮਿਲ ਗਿਆ ਪੂਰਨ ਜੋਗੀ ਦਰਗਾਹ ਵਿੱਚ ਮੈਨੂੰ ਸਾਂਭਲੀ, ਤੈਨੂੰ ਮਿਲ ਗਿਆ ਪੂਰਨ ਜੋਗੀ ਦਰਗਾਹ ਵਿੱਚ ਮੈਨੂੰ ਸਾਂਭਲੀ, ਮਿਲ ਗਿਆ ਪੂਰਨ ਜੋਗੀ ਦਰਗਾਹ ਵਿੱਚ ਮੈਨੂੰ ਸਾਂਭਲੀ, ਤੈਨੂੰ ਮਿਲ ਗਿਆ ਪੂਰਨ ਜੋਗੀ ਦਰਗਾਹ ਵਿੱਚ ਮੈਨੂੰ ਸਾਂਭਲ ਗਿਆ ਪੂਰਨ ਜੋਗੀ ਦਰਗਾਹ ਵਿੱਚ ਮੈਨੂੰ ਸਾਂਭਲੀ, ਤੈਨੂੰ ਮਿਲ ਗਿਆ ਪੂਰਨ ਜੋਗੀ ਦਰਗਾਹ ਵਿੱਚ ਮੈਨੂੰ ਸਾਂਭਲੀ, ਦਰਗਾਹ ਵਿੱਚ ਮੈਨੂੰ ਸਾਂਭਲੀ, ਮਿਲ ਗਿਆ ਪੂਰਨ ਜੋਗੀ ਦਰਗਾਹ ਵਿੱਚ ਮੈਨੂੰ ਸਾਂਭਲੀ, ਮਿਲ ਗਿਆ ਪੂਰਨ ਜੋਗੀ ਦਰਗਾਹ ਵਿੱਚ ਮੈਨੂੰ ਸਾਂਭਲੀ, ਤੈਨੂੰ ਮਿਲ ਗਿਆ ਪੂਰਨ ਜੋਗੀ ਦਰਗਾਹ ਵਿੱਚ ਮੈਨੂੰ ਸਾਂਭਲ ਗਿਆ ਪੂਰਨ ਜੋਗੀ ਦਰਗਾਹ ਵਿੱਚ ਮੈਨੂੰ ਸਾਂਭਲੀ, ਤੈਨੂੰ ਮਿਲ ਗਿਆ ਪੂਰਨ ਜੋਗੀ ਦਰਗਾਹ ਵਿੱਚ ਮੈਨੂੰ ਸਾਂਭਲੀ। ਜਦੋਂ ਮਹਾਤਮਾ ਗਿਆਨਦਾਸ ਕਹਿੰਦੇ ਨਾ ਵੀ ਤੈਨੂੰ ਮੈਂ ਗੁਰੂ ਨਾਨਕ ਦੇ ਗੁਰਮੁਖੀ ਦੇ ਕੇ ਦੇ ਅੱਖਰ ਸਿਖਾਏ ਨੇ, ਦੇਖੀ ਹੁਣ ਖਿਆਲ ਰੱਖੀ ਦਰਗਾਹ 'ਚ ਸਾਂਭਲੀ। ਅਤ ਨਿਮਰਤਾ ਦੇ ਵਿੱਚ ਪਰਮ ਪੂਜਨੀਕ ਬਾਬਾ ਜੀ ਸਿਆੜ ਵਾਲਿਆਂ ਨੇ ਨਾ ਜਵਾਬ ਦੇਣਾ, ਕੀ ਕਹਿੰਦੇ, ਕਹਿੰਦੇ ਮਹਾਂਪੁਰਖੋ ਤੁਸੀਂ ਤਾਂ ਮੇਰੇ ਗੁਰਦੇਵ ਵਿੱਦਿਆ ਗੁਰੂ ਆ, ਤੁਸੀਂ ਤਾਂ ਮੈਨੂੰ ਪੜ੍ਹਾਇਆ, ਮੈਂ ਤਾਂ ਜਾਣਦਾ ਹੀ ਨਹੀਂ ਸੀ ਗੁਰਮੁਖੀ ਕੀ ਹੁੰਦੀ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਨੂੰ ਤਾਂ ਪਤਾ ਹੀ ਨਹੀਂ ਸੀ। ਅਤ ਦੀ ਨਿਮਰਤਾ ਦੇ ਵਿੱਚ ਬਾਬਾ ਜੀ ਦੀ ਮੁਬਾਰਕ ਰਸਨਾ ਤੋਂ ਸੁਣਿਆ ਹੋਇਆ ਬਚਨ ਬਾਬਾ ਜੀ ਦੱਸਿਆ ਕਰਦੇ, ਕਹਿੰਦੇ ਸਾਧੂ ਗਿਆਨ ਦਾ ਗੁਰਦੇਵ ਨੇ ਨਾ ਬਾਲ ਅਵਸਥਾ 1912-13 ਤੋਂ ਲੈ ਕੇ 1938 ਤੱਕ, 1938 ਦੇ ਵਿੱਚ ਮਹਾਂਪੁਰਖ ਪਰਲੋਕ ਚਲੇ ਗਏ।
ਮਹਾਤਮਾ ਗਿਆਨ ਦਾਸ ਜੀ ਕਹਿੰਦੇ 1938 ਤੱਕ ਸ਼੍ਰੀ ਜਪ ਜੀ ਸਾਹਿਬ ਦੇ ਪਾਠਾਂ ਦੇ ਨਿਤਨੇਮ ਦਾ ਅਭਿਆਸ ਕਰਨ ਦੇ ਲਈ ਕਹਿੰਦਾ ਮੇਰੀ ਪਾਲਣਾ ਕਰਦੇ ਰਹੇ। ਉਹਨਾਂ ਦਾ ਬਚਨ ਸੀ ਕਾਕਾ ਪਾਠ ਕਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਤੋਂ ਬਾਅਦ ਬਾਬਾ ਜੀ ਨੇ ਕਿਲ੍ਹਾ ਰਾਏਪੁਰ ਦੇ ਸੰਨਿਆਸੀ ਮਹਾਤਮਾ ਦੇਵੀਪੁਰੀ ਜੀ ਉਹਨਾਂ ਪਾਸੋਂ ਭਗਵਤ ਗੀਤਾ ਦਾ ਪਾਠ ਤੇ ਅਰਥ ਸਿੱਖੇ। ਉਸ ਤੋਂ ਬਾਅਦ ਉਦਾਸੀ ਸੰਪਰਦਾ ਦੇ ਸਾਧੂ ਭੋਲਾ ਦਾਸ ਜੀ ਉਹਨਾਂ ਪਾਸੋਂ ਗੁਰਸਿੱਖੀ ਦੀ ਮਰਿਆਦਾ ਦੀ ਸਿੱਖਿਆ ਲਈ ਅਰਥ ਸਿੱਖੇ। ਉਸ ਸਮੇਂ ਜਿਹੜੀ ਗੁਰੂ ਘਰਾਂ ਦੀ ਮਰਿਆਦਾ ਸੀ ਨਾ ਉਹ ਨਿਰਮਲੇ ਤੇ ਉਦਾਸੀ ਸਾਧੂਆਂ ਦੇ ਕੋਲ ਹੀ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਸੰਗ ਜੀ ਬਚਪਨ ਦੇ ਵਿੱਚ ਬਾਬਾ ਜੀ ਬਚਨ ਕਰਿਆ ਕਰਦੇ ਕਹਿੰਦੇ 4 ਸਾਲ ਮੈਂ ਆਪਣੇ ਹਾਣੀਆਂ ਦੇ ਨਾਲ ਡੰਗਰ ਪਸ਼ੂ ਚਾਰੇ ਨੇ, ਹੱਥੀ ਕਿਰਤ ਕੀਤਾ ਕਿਉਂਕਿ ਗੁਰੂ ਨਾਨਕ ਦੇ ਘਰ ਦਾ ਪਹਿਲਾ ਸੂਲ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ। ਸਤਸੰਗਤ ਜੀ ਆਪਣੇ ਸਾਥੀਆਂ ਦੇ ਨਾਲ ਇੱਕ ਸਮੇਂ ਦਾ ਜ਼ਿਕਰ, ਉਹਨਾਂ ਦੇ ਜਿਹੜੇ ਸਾਥੀ ਜਿਹੜਾ ਭਾਈ ਹਜੂਰਾ ਸਿੰਘ ਜੀ ਇੱਕ ਦਿਨ ਨਾਲ ਭਾਈ ਸਾਧੂ ਸਿੰਘ ਜੀ ਜੋ ਝਾੜੂ ਬਰਦਾਰ ਸੀ ਸ਼੍ਰੀ ਨਾਨਕ ਸਰ ਆਸ਼ਰਮ ਠਾਠ ਸਿਆੜ ਦੇ ਬਚਪਨ ਦੇ ਵਿੱਚ। ਸਤਸੰਗਤ ਜੀ ਉਹ ਭਾਵੇਂ ਕਿ ਰਹਿੰਦੇ ਇਕੱਠੇ ਨੇ ਪਰ ਰਹਿਣੀ ਬਹਿਣੀ ਉੱਠਣੀ ਕਹਿਣੀ ਕਰਨੀ ਸਭ ਵਿਲੱਖਣ ਹੈ। ਜਦੋਂ ਪਿੰਡ ਦਿਆਂ ਨੇ ਵਡਾਰੂਆਂ ਨੇ ਤੱਕਣਾ ਨਾ ਬਾਬਾ ਜੀ ਨੂੰ, ਉਹ ਤੱਕ ਕੇ ਉਹਨਾਂ ਦੀ ਰਹਿਣੀ ਬਹਿਣੀ ਤੋਂ ਬੋਲ ਬਾਣੀ ਤੋਂ ਅੰਦਾਜ਼ਾ ਲਾ ਲੈਂਦੇ, ਕਹਿੰਦੇ ਜ਼ਰੂਰ ਇਹ ਕੋਈ ਪੂਰਨ ਪੁਰਖ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਉਹਨਾਂ ਦੀ ਜ਼ੁਬਾਨ ਦੇ ਵਿੱਚੋਂ ਸਹਿਸ ਭਾਏ ਬਚਨ ਨਿਕਲਦਾ। ਸਤ ਸੰਗਤ ਜੀ ਤੇ ਬਾਬਾ ਜੀ ਖੇਤਾਂ ਵਿੱਚ ਚਲੇ ਜਾਣਾ ਪਸ਼ੂਆਂ ਨੂੰ ਚਾਰਨ ਦੇ ਲਈ, ਇੱਕ ਵਾਰ ਦਾ ਜ਼ਿਕਰ ਨਾਲ ਭਾਈ ਹਜੂਰਾ ਸਿੰਘ ਜੀ ਭਾਈ ਸਾਧੂ ਸਿੰਘ ਜੀ ਬਚਪਨ ਹੀ ਹੈ ਤਕਰੀਬਨ 7 ਤੋਂ 8 ਸਾਲ ਦੀ ਉਮਰ ਲੈ ਕੇ ਪਸ਼ੂਆਂ ਨੂੰ ਪਾਲੀ ਪਾਲੀ ਕਹਿ ਦੀਏ ਤੁਰ ਪਏ ਜਿੱਥੇ ਅੱਜ ਸ਼੍ਰੀ ਨਾਨਕ ਸਰ ਠਾਠ ਸਿਆੜ ਆਸ਼ਰਮ ਹੈ ਨਾ, ਉੱਥੇ ਗੋਸ਼ੀਆਣਾ ਇੱਕ ਟੋਭਾ ਹੋਇਆ ਕਰਦਾ ਸੀ। ਉਹਦੇ ਨੇੜੇ ਇੱਕ ਵੱਡੀ ਚਰਾਂਦ ਸੀ, 3 ਪਾਸੇ ਕਮਾਦ ਆਲੇ ਦੁਆਲੇ ਤੇ ਡੰਗਰ ਪਸ਼ੂ ਉੱਥੇ ਚਰਦੇ, ਪਾਣੀ ਵੀ ਨਿਰਮਲ ਹੁੰਦਾ ਸਾਫ਼ ਹੁੰਦਾ। ਸਤ ਸੰਗਤ ਜੀ ਜੇਠ ਹਾੜ੍ਹ ਦਾ ਮਹੀਨਾ ਤਪਦੇ ਦਿਨ ਸਿਖਰ ਦੁਪਹਿਰਾ ਤਪਸ਼ ਹੈ ਤੇ ਉੱਧਰ ਡੰਗਰਾਂ ਨੇ ਪਸ਼ੂਆਂ ਨੇ ਚਰਾਂਦ ਦੇ ਵਿੱਚ ਚਰਨ ਲੱਗ ਜਾਣਾ ਤੇ ਬਾਬਾ ਜੀ ਨੇ ਸਾਧ ਸੰਗਤ ਜੀ ਨਿਰੰਕਾਰ ਦੇ ਚਰਨਾਂ ਦੇ ਵਿੱਚ ਸੁਰਤ ਜੋੜ ਲੈਣੀ। ਇੱਕ ਵਾਰ ਟਾਹਲੀ ਦਾ ਰੁੱਖ ਹੈ, ਗਰਮੀ ਬਹੁਤੀ ਹੈ, ਉਸ ਰੁੱਖ ਦੇ ਉੱਤੇ ਘੁੱਗੀ ਬੈਠੀ ਹੈ। ਘੁੱਗੀ ਬੈਠੀ ਕਿਉਂਕਿ ਟਿਕਿਆ ਹੋਇਆ ਦੁਪਹਿਰਾ, ਆਵਾਜ਼ ਆ ਰਹੀ ਹੈ ਘੁੱਗੂ ਘੂ ਘੁੱਗੂ ਘੂ, ਮਾਨੋ ਇਹ ਕਹਿ ਰਹੀ ਹੋਇਆ ਦਾਤਾ ਤੂੰ ਦਾਤਾ ਤੂੰ। ਸਤਿ ਸੰਗਤ ਜੀ ਬਾਬਾ ਜੀ ਸਤਿ ਸੰਗਤ ਜੀ ਉਹਨਾਂ ਦੀ ਮੁਬਾਰਕ ਰਸਨਾ ਤੋਂ ਸੁਣਿਆ ਹੋਇਆ ਬਚਨ, ਬਾਬਾ ਜੀ ਨੇ ਉਹ ਆਵਾਜ਼ ਦੇ ਨਾਲ ਆਪਣੀ ਸੁਰਤ ਨੂੰ ਜੋੜ ਲਿਆ। ਸਤਿ ਸੰਗਤ ਜੀ ਉਹ ਦਾਤਾ ਤੂੰ ਬਸ ਤੂੰ ਹੀ ਤੂੰ ਦੇ ਵਿੱਚ ਲਵਲੀਨ ਹੋ ਗਏ। ਸਾਧ ਸੰਗਤ ਜੀ ਇਹ ਪਹਿਲੀ ਸਮਾਧੀ ਉਹਨਾਂ ਨੇ ਉਸ ਸਮੇਂ ਅਵਤਰਨ ਕੀਤੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਖਾਂ ਬੰਦ ਕਰ ਲਈਆਂ ਕਿਉਂਕਿ ਜਿਹੜੇ ਨਾਮ ਜਪਣ ਵਾਲੇ ਨੇ ਨਾ ਉਹਨਾਂ ਨੂੰ ਤਾਂ ਸਾਰੇ ਕਣ ਕਣ ਜਰੇ ਜਰੇ ਦੇ ਵਿੱਚ ਉਹਨੂੰ ਤੱਕਦੇ ਨੇ। ਹਰ ਹਟ ਭੀ ਤੂੰ ਤੂੰ ਕਰੈ ਬੋਲੈ ਭਲੀ ਬਾਣ, ਕਬੀਰ ਹੋ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਬਾਸ। ਸਾਧ ਸੰਗਤ ਜੀ ਕਿਉਂ ਮਹਾਰਾਜ ਜੀ ਨੇ ਐਸੇ ਬਚਨ ਕੀਤੇ ਨੇ? ਕਿਉਂਕਿ ਕਣ ਕਣ ਵਿੱਚ ਜਰੇ ਜਰੇ ਵਿੱਚ ਉਹ ਬੋਲ ਰਿਹਾ ਹੈ। ਬਾਬਾ ਜੀ ਸਮਾਧੀ ਦੇ ਵਿੱਚ ਨੇ, ਮਹਾਰਾਜ ਜੀ ਦੇ ਬਚਨ ਵੀ ਨੇ ਕਿ ਰਾਮ ਬੋਲੇ ਰਾਮ ਬੋਲੇ ਰਾਮ ਬੋਲਦਾ ਸਾਰਿਆਂ ਘਟਾਂ ਦੇ ਵਿੱਚ ਰਾਮ ਬੋਲਦਾ ਰਾਮ ਬੋਲਦਾ ਸਾਰਿਆਂ ਘਟਾਂ ਦੇ ਵਿੱਚ ਰਾਮ ਬੋਲ ਰਾਮ ਬੋਲੇ ਰਾਮ ਬੋਲੇ ਰਾਮ ਬੋਲਦਾ ਸਾਰਿਆਂ ਘਟਾਂ ਦੇ ਵਿੱਚ ਰਾਮ ਬੋਲਦਾ ਸਾਰਿਆਂ ਘਟਾਂ ਦੇ ਵਿੱਚ ਰਾਮ ਬੋਲਦਾ
राम बिना को बोल ओही बोलदा साध संगत जी परशामे टल गए शामा पै गईयां ते सारे जिहड़े पशु ने ना चर के अपनी भुख मिटा के अपने पाली दे ऐन सामने आले दुआले बैठ के कट्ठे हो के गाली कर रहे ने ते अखां भावें ओह पशु जामे विच ने ਅੱਖਾਂ ਆਪਣੇ ਪਾਲੀ ਪਾਲਣ ਹਾਰ ਵੱਲ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤਕਰੀਬਨ 7 ਕੇ 8 ਸਾਲ ਦੀ ਬਾਬਾ ਜੀ ਦੀ ਉਮਰ ਹੈ ਸਾਧ ਸੰਗਤ ਜੀ ਸਮਾਧੀ ਤੋਂ ਉਥਾਨ ਹੋਏ ਇਹ ਕੌਣ ਜਾਣਦਾ ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਏ ਸਾਧ ਸੰਗਤ ਜੀ ਉੱਥੇ ਹੀ ਮਹਾਰਾਜ ਜੀ ਨੇ 4 ਸਾਲ ਬਾਬਾ ਜੀ ਆਪ ਹੀ ਜ਼ਿਕਰ ਕਰਿਆ ਕਰਦੇ ਆਪਣੇ ਪ੍ਰਵਚਨਾਂ ਵਿੱਚ ਵੀ 4 ਸਾਲ ਆਪਣੇ ਹਾਣੀਆਂ ਦੇ ਨਾਲ ਡੰਗਰ ਚਾਰੇ ਉਸੇ ਹੀ ਸਮੇਂ ਦੌਰਾਨ ਨੇੜੇ ਕ ਰੂਪੋਆਣਾ ਟੋਭਾ ਸੀ ਕਾਫੀ ਵੱਡਾ ਸੀ 3-4 ਪਾਸਿਆਂ ਤੋਂ ਪਾਣੀ ਪੈਂਦਾ ਬਾਰਿਸ਼ ਦਾ ਪਾਣੀ ਪੈਣਾ ਬਾਬਾ ਜੀ ਆਪਣੇ ਮੌਜ ਦੇ ਵਿੱਚ ਲੋਹੇ ਦੀ ਕੜਾਹੀ ਨੂੰ ਕੁੰਡਿਆਂ ਵਾਲੀ ਨੂੰ ਉਹਦੇ ਵਿੱਚ ਛੱਡ ਲੈਣਾ ਸਤ ਸੰਗਤ ਜੀ ਵਿੱਚ ਬੈਠ ਕੇ ਬਾਂਸ ਨੂੰ ਚੱਪੂ ਬਣਾ ਕੇ ਨਾ ਇੱਧਰਲੇ ਕਿਨਾਰੇ ਤੋਂ ਕੜਾਹੀ ਨੂੰ ਉੱਧਰ ਲੈ ਜਾਣਾ ਉੱਧਰਲੇ ਕਿਨਾਰੇ ਤੋਂ ਇੱਧਰ ਲੈ ਆਉਣਾ ਜਦੋਂ ਸਾਥੀਆਂ ਨੇ ਪੁੱਛਣਾ ਵੀ ਇਹ ਕੀ ਤੇ ਬਾਬਾ ਜੀ ਆਖਿਆ ਕਰਦੇ ਕਹਿੰਦੇ ਭਾਈ ਅਸੀਂ ਸਮੁੰਦਰੀ ਯਾਤਰਾ ਤੇ ਚੱਲੇ ਹਾਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਦੋਂ ਕੀ ਪਤਾ ਸੀ ਵੀ ਕਿਹੜੀ ਸਾਧ ਸਾਈ 1971 ਤੋਂ ਫਿਰ ਬਾਬਾ ਜੀ ਨੇ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਸਮੁੰਦਰਾਂ ਤੋਂ ਪਾਰ ਜਾ ਕੇ ਗੁਰੂ ਨਾਨਕ ਦੇ ਨਾਮ ਦਾ ਹੋਕਾ ਦਿੱਤਾ ਭੁੱਲੀ ਭੁਲਾਈ ਲੁਕਾਈ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੋੜਿਆ ਕੌਣ ਜਾਣਦਾ ਇਹ ਜਿਹੜੀਆਂ ਰਮਜਾਂ ਨੇ ਨਾ ਸਾਧ ਸੰਗਤ ਜੀ ਸਾਧੂ ਰਮਜ ਮਾਰ ਜਾਂਦੇ ਨੇ ਰਾਜ ਨਹੀਂ ਦਿਆ ਕਰਦੇ 1920 ਸਾਧ ਸੰਗਤ ਜੀ ਜਵਾਨ ਅਵਸਥਾ ਸਰੀਰਕ ਤੌਰ ਤੇ 1920 ਦੇ ਵਿੱਚ ਬਾਬਾ ਜੀ ਦਾ ਵਿਆਹ ਸਤਿਕਾਰਯੋਗ ਬੇਬੇ ਰਾਏ ਕੌਰ ਜੀ ਪਿੰਡ ਧਲੇਰ ਕਲਾਂ ਜ਼ਿਲ੍ਹਾ ਸੰਗਰੂਰ ਇਕਲੌਤੀ ਘਰੋਂ ਸਪੁੱਤਰੀ ਸੀ ਆਪਣੇ ਪਿਤਾ ਜੀ ਉਹਨਾਂ ਦੇ ਨਾਲ ਹੋਇਆ 1922 ਦੇ ਵਿੱਚ ਮੁਕਲਾਵਾ ਆਇਆ ਪਹਿਲਾਂ ਵਿਆਹ ਪਹਿਲਾਂ ਹੋ ਜਾਇਆ ਕਰਦੇ ਮੁਕਲਾਵਾ ਬਾਅਦ 'ਚ ਆਉਂਦਾ ਸਾਧ ਸੰਗਤ ਜੀ ਜੈਸੇ ਗੁਰਬਾਣੀ ਦਾ ਵਚਨ ਹੈ ਬੇਬੇ ਰਾਏ ਕੌਰ ਜੀ ਧੰਨ ਪਿਰ ਇਹ ਨਾ ਆਖੀਐ ਬਹਿਨ ਇਕੱਠੇ ਸੋਏ ਇੱਕ ਜੋਤ ਦੋਏ ਮੂਰਤੀ ਧੰਨ ਪਿਰ ਕਹੀਐ ਸੋਏ ਪਤਾ ਨਹੀਂ ਉਹਨਾਂ ਦਾ ਵੀ ਕਿੰਨੇ ਜਨਮਾਂ ਦਾ ਤਪ ਸਾਧ ਸੰਗਤ ਜੀ ਪਰ ਬੇਬੇ ਜੀ ਨੇ ਭਗਤੀ ਮਾਰਗ ਦੇ ਪੰਧੀ ਨੂੰ ਜੀਵਨ ਸਾਥੀ ਵਜੋਂ ਹਰ ਤਰ੍ਹਾਂ ਦੇ ਨਾਲ ਪੂਰਨ ਸਹਿਯੋਗ ਦਿੱਤਾ ਸਾਧ ਸੰਗਤ ਜੀ ਗ੍ਰਿਸਤ ਜੀਵਨ ਹੈ ਨਾ ਬਾਬਾ ਜੀ ਗ੍ਰਿਸਤ ਬਾਬਤ ਬਚਨ ਕਰਿਆ ਕਰਦੇ ਉਹਨਾਂ ਦੀ ਮੁਬਾਰਕ ਰਸਨਾ ਦਾ ਹੀ ਬਚਨ ਹੈ ਕਹਿੰਦੇ ਵਿਆਹ ਨੂੰ ਗ੍ਰਿਸਤ ਨਹੀਂ ਆਖਿਆ ਜਾਂਦਾ ਵਿਆਹ ਗ੍ਰਿਸਤ ਨਹੀਂ ਹੈ ਜਦੋਂ ਮਨ ਆਕਣਾ ਜਿਹੜਾ ਮੋਹ ਮਾਇਆ ਦੇ ਜਾਲ ਵਿੱਚ ਫਸ ਜਾਂਦਾ ਮਨ ਦੀ ਜਿਹੜੀ ਬਿਰਤੀ ਹੈ ਨਾ ਨਾਮ ਜਪਣ ਦੇ ਵਿੱਚ ਨਾ ਟਿਕੇ ਟਿਕਣੀ ਅਸੰਭਵ ਹੋ ਜਾਵੇ ਕਹਿੰਦੇ ਜਿਹੜਾ ਉਹ ਮੋਹ ਜਾਲ ਹੈ ਨਾ ਉਹਨੂੰ ਗ੍ਰਿਸਤ ਕਹਿੰਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਹੈ ਅਸਲ ਚ ਗੁਰੂ ਘਰ ਦੀ ਜਿਹੜੀ ਸੇਵਾ ਬੜੀ ਉੱਚੀ ਸੁੱਚੀ ਮੰਨੀ ਗਈ ਹੈ ਲੰਗਰ ਦੀ ਬੇਬੇ ਰਾਏ ਕੌਰ ਜੀ ਸਾਧ ਸੰਗਤ ਜੀ ਤਿੰਨੇ ਹੀ ਟਾਈਮ ਆਪਣੇ ਘਰ ਜੱਦੀ ਘਰ ਤੋਂ ਜਿਹੜਾ ਪ੍ਰਸ਼ਾਦਾ ਤਿਆਰ ਕਰਕੇ ਆਪਣੇ ਹੱਥੀ
ठाठ सियाड़ विखे तिने टाइम लेके जाया कर दे नाले बच्चियां दा पालन पोषण करना पढ़ाई लिखाई ते सब परिवार दिया जिम्मेवारियां निभाइया कह दिए हर तरह दे नाल बाबा जी दा पूर्ण सहयोग 1923 दे विच निरंकार ने घर विच पुत्री दी दात बख्शी ते 1924 दा जिक्र बाबा जी दे इकलौती इकलौते भैण जी सतसंग जी जिन्हां दा विआह बाबा जी ने नगर ढाईपी दे सरदार बचन सिंह जी उन्हां दे नाल रचाया एक होर वड्डी खासियत बाबा जी ने जिहड़ा नाम बाणी दा ना संगतां नूं जोड़न दा प्रचार ओह अपने सत्कारयोग भैण दे नगर ढाईपी तों ही प्रारंभ कीती सतसंग जी ते बाबा जी दा जिहड़ा रोज दा संसारक तौर ते कर्म पिता जी खेती करिया करदे पर खेती करदे करदे इक ना चित उस निरंकार नाल जिवें नामा कहत लोचना मुख ते राम समान हाथ पाउ नाल काम सब चीत निरंजन तिवें भगत कबीर जी भी भावें खड्डी दा कम करदे ने साध संग जी कपड़ा बुणदे ने पर जिहड़ा चित है इक ना ओह निरंकार दे चरणा दे विच है आखो सतनाम श्री वाहे इसे तरह ही परम पूजनीक बाबा जी खेती दा कम करदे खेती दा कम करदिया करदिया सैकड़े सैकड़े पाठ श्री जप जी साहब दे नके छड़दिया साध संग जी फसल कटदिया सैकड़े सैकड़े पाठ मन हाली किरसानी करनी शर्म पानी तन नाम बीज संतोख सुहागा रख गरीबी किरत करदे होए बाबा जी बचन करदे कहिंदे जदों थक जाना ना भी नींद ना आवे ते बाबा जी ने साधसां सारी सारी रात पानी विच खड़ के अभ्यास करना सारा दिन कम करना अमृत वेला हो जाना भी हुण थके आ शरीर दा धर्म है थक जाना सारी रात पानी विच खड़ के तिथे ऊंग ना भुख है हर अमृत नाम सुख बास नानक दुख सुख व्यापत नहीं जिथे आत्म राम परगास उथे किथे ना दुख ना भुख ना नींद ना ऊंग साध संग जी बाबा जी ओ अवस्था दे मालक तल्याणा टोबा जी दा जिक्र जीरख वाली सड़क दे उत्ते सी उस टोबे दे विच खड़ के कहना बाबा जी तप करिया कर दे तल्याणे टोबे विच महापुरखां नूं पता लग गया महात्मा ज्ञान दास जी पिंड विच भी चर्चा होण लग गई साध संग जी भी ਇਹ ਟੋਬੇ ਵਿੱਚ ਖੜ ਕੇ ਸਾਰੀ ਸਾਰੀ ਰਾਤ ਨਾਮ ਦਾ ਜਪਜੀ ਸਾਹਿਬ ਦੇ ਪਾਠਾਂ ਦਾ ਗੁਰਬਾਣੀ ਦਾ ਅਭਿਆਸ ਕਰਦੇ ਨੇ ਬੜੀ ਚਰਚਾ ਹੁੰਦੀ ਹੈ ਮਹਾਂਪੁਰਖਾਂ ਨੂੰ ਵੀ ਪਤਾ ਲੱਗ ਗਿਆ ਘਰ ਆ ਕੇ ਇੱਕ ਨਾ ਸਾਧ ਸੰਗ ਜੀ ਸਾਧੂ ਗਿਆਨ ਦਾਸ ਜੀ ਨੇ ਬਾਬਾ ਜੀ ਨੂੰ ਆਖਿਆ ਕਹਿੰਦੇ ਤੇਰੇ ਲਈ ਨਿਤਨੇਮ ਉਹੀ ਕਾਫੀ ਹੈ ਕਿਉਂਕਿ ਤੂੰ ਗ੍ਰਿਸਤੀ ਹੈ ਗ੍ਰਿਸਤ ਮਾਰਗ ਜਿਹੜਾ ਉਹ ਕਠਿਨ ਹੁੰਦਾ ਤੂੰ ਪਾਣੀ ਵਿੱਚ ਖੜ ਕੇ ਪਾਠ ਨਾ ਕਰਿਆ ਕਰ ਤੂੰ ਤਪ ਨਾ ਕਰਿਆ ਕਰ ਇਹ ਬਚਨ ਆਖੇ ਤੇ ਬਾਬਾ ਜੀ ਨੇ ਅੱਤ ਦੀ ਨਿਮਰਤਾ ਚ ਉੱਤਰ ਦੇਣਾ ਮਹਾਰਾਜ ਮੈਂ ਤਾਂ ਨਿਤਨੇਵੇਂ ਕਰਦਾ ਮੈਂ ਕੋਈ ਤਪ ਨਹੀਂ ਕਰਦਾ ਥੱਕੇ ਹਾਰੇ ਨੂੰ ਨੀਂਦ ਆਉਣੀ ਸੁਭਾਵਿਕ ਨੀਂਦ ਤੋਂ ਬਚਣ ਦੇ ਲਈ ਇਹ ਗੁਰਦੇਵ ਮੈਂ ਪਾਣੀ ਚ ਖੜ ਜਾਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੇ ਮੈਂ ਉਦਾਂ ਵੀ ਗੱਲ ਕਰਾਂ ਨਾ ਨੱਕੇ ਛੱਡਦੇ ਆ ਤਾਂ ਵੀ ਪਾਣੀ ਵਿੱਚ ਹੀ ਖੜਾ ਇੰਨੇ ਨਿਮਰਤਾ ਦੇ ਵਿੱਚ ਉੱਤਰ ਅੱਜ ਕੋਈ ਸਾਧ ਸੰਗ ਜੀ ਭਾਵੇਂ ਸਾਧ ਸੰਗ ਰਾਈ ਜਿੰਨੀ ਹੈ ਸੇਵਾ ਤੇ ਜਨੌਣੀ ਆ ਪਹਾੜ ਜਿੰਨੀ ਤੇ ਬਾਬਾ ਜੀ ਨੇ ਆਪਣੇ ਆਪ ਨੂੰ ਇੰਨਾ ਕੁ ਛੁਪਾ ਕੇ ਰੱਖਿਆ ਕੋਈ ਮਿਸਾਲ ਹੋਰ ਦੂਜੀ ਸੰਸਾਰ ਚ ਨਹੀਂ ਮਿਲਦੀ ਹੈ ਮਾਫ਼ ਕਰਨਾ ਤੇ ਬਾਬਾ ਜੀ ਨੇ ਕਹਿਣਾ ਗਰੀਬ ਨਿਵਾਜ ਮੈਨੂੰ ਤਾਂ ਪਤਾ ਹੀ ਨਹੀਂ ਤਪ ਕੀ ਹੁੰਦਾ ਸਤ ਸੰਗ ਜੀ ਗੁਰਬਾਣੀ ਦੇ ਬਚਨ ਨੇ ਜਿਹੜੀ ਨਾਮ ਪਰਮੇਸ਼ਰ ਦੇ ਨਾਮ ਦੀ ਮਹਿਮਾ ਹੈ ਕਹਿੰਦਾ ਉਹ ਬਸਦੀ ਕਿੱਥੇ ਆ ਐਸੇ ਬਚਨ ਨੇ ਮਹਿਮਾ ਹਰ ਨਾਮ ਦੀ ਸੰਤਾਂ ਦੇ ਹਿਰਦੇ ਵਸਦੀ ਮਹਿਮਾ ਹਰ ਨਾਮ ਦੀ ਸੰਤਾਂ ਦੇ ਹਿਰਦੇ ਵਸਦੀ
ਰੱਬ ਦੇ ਜੀ ਪਿਆਰਿਆਂ ਦੀ ਰੱਬ ਦੇ ਜੀ ਪਿਆਰਿਆਂ ਦੀ ਰੱਬ ਦੇ ਜੀ ਪਿਆਰਿਆਂ ਦੀ ਰੱਬ ਦੇ ਜੀ ਪਿਆਰਿਆਂ ਰੱਬ ਦੇ ਜੀ ਪਿਆਰਿਆਂ ਦੀ ਰੱਬ ਦੇ ਜੀ ਪਿਆਰਿਆਂ ਸਮਾਧੀ ਲੱਗੀ ਰਹਿੰਦੀ ਹੈ ਰੱਬ ਦੇ ਪਿਆਰਿਆਂ ਦੀ ਅੱਠੇ ਪਹਿਰ ਦੀ ਸਮਾਧੀ ਲੱਗੀ ਰਹਿੰਦੀ ਹੈ ਰੱਬ ਦੇ ਪਿਆਰਿਆਂ ਦੀ ਪਹਿਰ ਦੀ ਸਮਾਧੀ ਲੱਗੀ ਰਹਿੰਦੀ ਹੈ ਰੱਬ ਦੇ ਪਿਆਰਿਆਂ ਦੀ ਅੱਠੇ ਪਹਿਰ ਲੱਗੀ ਰਹਿੰਦੀ ਹੈ ਰੱਬ ਦੇ ਪਿਆਰਿਆਂ ਪਹਿਰ ਦੀ ਸਮਾਧੀ ਲੱਗੀ ਰਹਿੰਦੀ ਹੈ ਰੱਬ ਦੇ ਪਿਆਰਿਆਂ ਦੀ ਅੱਠ ਪਹਿਰ ਦੀ ਸਮਾਧੀ ਲੱਗੀ ਰਹਿੰਦੀ ਹੈ ਰੱਬ ਦੇ ਪਿਆਰਿਆਂ ਦੀ ਉਠਤ ਬੈਠਤ ਸੋਵਤ ਨਾਮ ਬਹਿੰਦਿਆਂ ਉੱਠਦਿਆਂ ਹਰ ਸਮੇਂ ਪਰ ਸੰਸਾਰ ਕੀ ਜਾਣਦਾ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਵੇਖੋ ਮਾਰਗ ਚੱਲਣਾ ਇਹ ਜਦੋਂ ਆਖਿਆ ਨਾ ਕਹਿੰਦੇ ਤੂੰ ਤਪ ਨਾ ਕਰਿਆ ਕਰ ਗ੍ਰਿਸਤੀ ਹੈ ਸਤ ਸੰਗ ਜੀ ਘਰ ਚਲੇ ਗਏ ਮਹਾਂਪੁਰਖ ਆਪਣੇ ਆਸਣ ਤੇ ਰਾਤ ਨੂੰ ਅਗੰਮੀ ਖਿੱਚ ਪਈ ਸਤ ਸੰਗ ਜੀ ਜਲ ਬਣ ਛਕਿਆ ਉਸ ਅਗੰਮੀ ਖਿੱਚ ਮਾਨੋ ਅਗੰਮੀ ਆਕਾਸ਼ ਬਾਣੀ ਹੋਈ ਇਹ ਤਾਂ ਜਾਂ ਨਿਰੰਕਾਰ ਜਾਣਦਾ ਜਾਂ ਮਹਾਂਪੁਰਖ ਜਾਣਦੇ ਨੇ ਬਾਬਾ ਗਿਆਨ ਦਾਸ ਜੀ ਅਗਲੇ ਦਿਨ ਬਾਬਾ ਜੀ ਪਾਸ ਆ ਗਏ ਘਰ ਤੇ ਕੀ ਕਹਿਣ ਲੱਗੇ ਮਹਾਤਮਾ ਗਿਆਨ ਦਾਸ ਜੀ ਕਹਿੰਦੇ ਤੂੰ ਮੇਰੇ ਕਹਿਣ ਤੇ ਪਾਣੀ ਵਿੱਚ ਖੜ ਕੇ ਪਾਠ ਕਰਨਾ ਨਾ ਛੱਡੀ ਆਖੋ ਸਤਨਾਮ ਕਿਉਂਕਿ ਬਾਬਾ ਜੀ ਹੈ ਹੀ ਨਾਮ ਦੇ ਵਪਾਰੀ ਸੀ ਸਾਧ ਸੰਗਤ ਜੀ ਕੋਈ ਕਿਸ ਚੀਜ਼ ਦਾ ਵਪਾਰ ਕਰਦਾ ਕੋਈ ਕਿਸ ਚੀਜ਼ ਦਾ ਬਾਬਾ ਜੀ ਵਪਾਰੀ ਹੋਈ ਸੱਚੇ ਨਾਮ ਦੇ ਸੀ ਆਪ ਆਏ ਤੇ ਜਪਾਉਣ ਨੂੰ ਹਰਮੰਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਸਾਧ ਸੰਗਤ ਜੀ ਬਾਬਾ ਜੀ ਨਾਮ ਦੇ ਵਪਾਰੀ ਸੀ ਪਰਮਾਰਥ ਦੇ ਮਾਰਗ ਦੇ ਢੁੰਡਾਊ ਨੂੰ ਜਿੱਥੇ ਵੀ ਕਿਸੇ ਮਹਾਂਪੁਰਖ ਬੰਦਗੀ ਵਾਲੇ ਪੂਰਨ ਪੁਰਖ ਦੀ ਸ਼ੋ ਸੁਣਦੀ ਨਾ ਉੱਥੇ ਪਹੁੰਚਦੇ 1924-25 ਵਿੱਚ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਜਿਨ੍ਹਾਂ ਨੇ ਲੱਖਾਂ ਹੀ ਪ੍ਰਾਣੀਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਨਾਲ ਜੋੜਿਆ ਉਹਨਾਂ ਦੇ ਦਰਸ਼ਨ ਕਰਨ ਗਏ ਤੇ 1926 ਦੇ ਵਿੱਚ ਫਿਰ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਸਾਧ ਸੰਗਤ ਜੀ ਪਿੰਡ ਦੇ ਵਿੱਚ ਭਾਈ ਲਛਮਣ ਸਿੰਘ ਨਾਂ ਦੇ ਪਿਆਰ ਵਾਲੇ ਰਹਿੰਦੇ ਸੀ ਉਹਨਾਂ ਦੀ ਰਿਸ਼ਤੇਦਾਰੀ ਸੀ ਰਾਮਪੁਰ ਵਿਚਾਰ ਬਣਾਈ ਵੀ ਮਹਾਂਪੁਰਖਾਂ ਦੇ ਦਰਸ਼ਨ ਕਰਨ ਜਾਣ ਸਾਧ ਸੰਗਤ ਜੀ ਫੈਸਲਾ ਹੋ ਗਿਆ ਕਹਿੰਦੇ ਠੀਕ ਆ ਚਲੇ ਗਏ ਬਾਬਾ ਜੀ ਸਾਈਕਲ ਦੇ ਉੱਤੇ ਤੇ ਇੱਕ ਗੱਲ ਆਖੀ ਕਹਿੰਦੇ ਆਪਾਂ ਨੇ ਮਹਾਂਪੁਰਖਾਂ ਦੇ ਦਰਸ਼ਨ ਕਰਨ ਜਾਣਾ ਸਾਧ ਸੰਗਤ ਜੀ ਪੈਦਲ ਜਾਣਾ ਸਾਈਕਲ ਤੇ ਚੜ ਕੇ ਨਹੀਂ ਜਾਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਜਦੋਂ ਕਿਸੇ ਪਾਸੋਂ ਕੁਛ ਲੈਣ ਜਾਈਏ ਨਿਮਰਤਾ ਵਿੱਚ ਜਾਈਦਾ ਸਾਡੇ ਲਈ ਵੀ ਇਹ ਸਾਧ ਸੰਗਤ ਜੀ ਉਹ ਜਿਹੜੇ ਪੂਰਨੇ ਪਾ ਕੇ ਗਏ ਨੇ ਆਪਾਂ ਵੀ ਜਦੋਂ ਮਹਾਰਾਜ ਜੀ ਦੇ ਪਾਸ ਆਉਂਦੇ ਹਾਂ ਗੁਰੂ ਦੇ ਦਰ ਦੇ ਉੱਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲ ਜਾਂ ਬੰਦਗੀ ਵਾਲਿਆਂ ਦੇ ਪਾਸ ਜਾਂਦੇ ਹਾਂ ਮਨਾ ਤੂੰ ਵੀ ਐਸੀ ਬਿਰਤੀ ਧਾਰਨ ਕਰ ਲਾ ਤਾਂ ਜਦੋਂ ਚਲੇ ਗਏ ਜਿੱਥੇ ਰਿਸ਼ਤੇਦਾਰੀ ਸੀ ਘਰੇ ਸਾਈਕਲ ਖੜਾਤਾ ਘਰ ਤੋਂ ਤੁਰ ਕੇ ਰੇਰੂ ਸਾਹਿਬ ਉੱਥੇ ਲਈ ਜਾ ਰਹੇ ਨੇ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਨਾ ਬਾਹਰ ਖੜੇ ਮਾਨੋ ਉਡੀਕ ਰਹੇ ਹੋਣ ਜਦੋਂ ਆਏ ਦਰਸ਼ਨ ਕੀਤੇ ਨਮਸਕਾਰ ਕੀਤੀ ਤੇ ਬਾਬਾ ਜੀ ਅੰਦਰ ਲੈ ਗਏ ਦੋਵਾਂ ਆਪਣੇ ਆਸਣ ਦੇ ਉੱਤੇ ਤੇ ਪੁੱਛਿਆ ਕਹਿੰਦੇ ਕਿਵੇਂ ਆਏ ਹੋ ਮਨੋਰਥ ਕੀ ਆ ਦੱਸੋ
ਸੰਤ ਬਾਬਾ ਤਰਸਿੰਘ ਜੀ ਰੇਰੂ ਸਾਹਿਬ ਵਾਲੇ ਤੇ ਬਾਬਾ ਜੀ ਸਿਆੜ ਸਾਹਿਬ ਵਾਲਿਆਂ ਨੇ ਹੱਥ ਜੋੜੇ, ਕਹਿੰਦੇ ਮਹਾਰਾਜ ਆਪ ਜੀ ਦੇ ਦਰਸ਼ਨ ਕਰਨ ਤੇ ਸਿੱਖਿਆ ਦਿੱਖਿਆ ਲੈਣ ਆਏ ਆ। ਆਸਣ ਤੇ ਬੈਠੇ ਨੇ, ਅੰਤਰ ਧਿਆਨ ਹੋ ਗਏ ਰੇਰੂ ਸਾਹਿਬ ਵਾਲੇ ਮਹਾਂਪੁਰਖ ਤੇ ਆਖਿਆ ਪਤਾ ਕੀ, ਕਹਿੰਦੇ ਤੁਹਾਡਾ ਸੰਯੋਗ ਆ ਜਿਹੜਾ ਉਹ ਸਾਡੇ ਨਾਲ ਨਹੀਂ ਹੈ, ਤੁਹਾਡੀ ਪੜ੍ਹਾਈ ਆ ਉਹ ਉੱਚੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਸਾਡੇ ਨਾਲ ਨਹੀਂ ਉੱਚੀ ਹੈ। ਸਤ ਸੰਗਤ ਜੀ, ਕਿੱਡੀਆਂ ਮਹਾਨ ਹਸਤੀਆਂ ਉਹਨਾਂ ਨੇ ਬਰਸਾਈਆਂ, ਸੰਤ ਬਾਬਾ ਈਸ਼ਵਰ ਸਿੰਘ ਜੀ ਰਾੜਾ ਸਾਹਿਬ ਵਾਲੇ, ਸੰਤ ਬਾਬਾ ਭਗਵਾਨ ਸਿੰਘ ਜੀ, ਤੇ ਬਾਬਾ ਜੀ ਨੂੰ ਵੀ ਉਹ ਸਿੱਖਿਆ ਦਿੱਖਿਆ ਦੇ ਸਕਦੇ ਸੀ, ਪਰ ਉਹਨਾਂ ਨੇ ਸਾਧ ਸੰਗਤ ਜੀ ਆਖਿਆ, ਕਹਿੰਦੇ ਤੁਹਾਡੀ ਪੜ੍ਹਾਈ ਆ ਜਿਹੜੀ ਉਹ ਉੱਚੀ ਹੈ, ਤੇ ਵਰਦਾਨ ਇਹ ਦਿੱਤਾ, ਕਹਿੰਦੇ ਤੇਰੇ ਲਈ ਇਹ ਗੇਟ ਸਾਡੇ ਹੋਣੇ ਕਦੇ ਬੰਦ ਨਾ, ਆਓ ਜਾਓ ਜੀ ਸਦਕੇ ਸਦਾ ਲਈ ਗੇਟ ਖੁੱਲੇ ਨੇ। ਪਰ ਇੱਕ ਗੱਲ ਮੈਂ ਸੱਚ ਕਹਿਣਾ, ਕੁਦਰਤ ਰਾਣੀ ਵੱਲੋਂ ਆਪਣਾ ਸੰਬੰਧ ਨਾ। ਸਤ ਸੰਗਤ ਜੀ, ਮਿਲੂਗੀ ਮੰਜ਼ਿਲ ਜਿਹੜੀ ਪਦਵੀ ਤੂੰ ਪਾਈ ਹੈ, ਉਹ ਮੰਜ਼ਿਲ ਸਤ ਸੰਗਤ ਜੀ ਉਹ ਮਿਲੇਗੀ, ਮਿਲੇਗੀ ਮੰਜ਼ਿਲ ਜਿਹੜੀ ਪਦਵੀ ਤੂੰ ਪਾਈ ਹੈ, ਉੱਚਿਆਂ ਸਕੂਲਾਂ ਵਿੱਚ ਕੀਤੀ ਤੂੰ ਪੜ੍ਹਾਈ, ਉੱਚੇ ਨੇ ਤੁਹਾਡੇ ਸੰਯੋਗ। ਕਹਿੰਦੇ ਇਉਂ ਕਰੋ, ਤੁਸੀਂ ਇੱਥੇ ਹੀ ਨੇੜੇ ਹੈ ਸ਼੍ਰੀ ਭੈਣੀ ਸਾਹਿਬ, ਉੱਥੇ ਸਤਪੁਰਖ ਬਾਬਾ ਪ੍ਰਤਾਪ ਸਿੰਘ ਜੀ ਨੇ, ਕਹਿੰਦੇ ਤੁਸੀਂ ਉਹਨਾਂ ਦੇ ਜਾ ਕੇ ਦਰਸ਼ਨ ਕਰੋ। ਬਾਬਾ ਜੀ ਦੀ ਅਵਸਥਾ, ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹੁ ਬਕੋ ਸੁਭ ਰਸਨਾ ਦੀਜੈ ਪ੍ਰਾਨ ਅਕੋਰ। ਉੱਥੋਂ ਹੀ ਸਾਧ ਸੰਗਤ ਜੀ ਕਹਿੰਦੇ ਬਾਬਾ ਜੀ ਤੇ ਨਾਲ ਭਾਈ ਲਛਮਣ ਸਿੰਘ ਜੀ ਨੇ ਚੱਲ ਪਏ ਭੈਣੀ ਸਾਹਿਬ ਨੂੰ, ਮਹਾਂਪੁਰਖ ਨੇ ਉੱਥੇ ਦਰਸ਼ਨ ਕੀਤੇ। ਸਾਧ ਸਾਈ ਆਓ ਜੀ ਜੀਓ ਆਇਆਂ ਨੂੰ, ਕਿਵੇਂ ਆਏ ਹੋ, ਚਲੋ ਆਸਣ ਤੇ ਆਪਣੇ ਲੈ ਗਏ ਬੈਠ ਗਏ ਨੇ, ਦੱਸੋ ਭਾਈ ਕੀ ਮਨ ਦਾ ਫੁਰਨਾ ਹੈ। ਤੇ ਬਾਬਾ ਜੀ ਨੇ ਉਹੀ ਜਿਹੜੀ ਮੰਗ ਕਹਿਦੀ ਉਹੀ ਬਚਨ ਫਿਰ ਆਖਿਆ, ਕਹਿੰਦੇ ਮਹਾਂਪੁਰਖੋ ਤੁਹਾਡੇ ਦਰਸ਼ਨ ਪਰਸਨ ਕਰਨ ਆਇਆ ਤੇ ਸਿੱਖਿਆ ਦਿੱਖਿਆ ਲੈਣ ਆਇਆ। ਮਹਾਂਪੁਰਖ ਸੰਤ ਪ੍ਰਤਾਪ ਸਿੰਘ ਜੀ ਉਹਨਾਂ ਨੇ ਵੀ ਅੱਖਾਂ ਬੰਦ ਕਰ ਲਈਆਂ, ਅੰਤਰ ਧਿਆਨ ਹੋ ਗਏ ਤੇ ਬਚਨ ਪਤਾ ਕੀ ਆਖਿਆ, ਕਹਿੰਦੇ ਤੁਹਾਡੀ ਪੜ੍ਹਾਈ ਉੱਚੀ ਹੈ, ਤੁਸੀਂ ਉੱਚੀ ਪੜ੍ਹਾਈ ਕਰਨੀ ਹੈ। ਸਾਧ ਸੰਗਤ ਜੀ ਕਹਿੰਦੇ ਜਿਹਨੇ ਖਰਾ ਸੋਨਾ ਖਰੀਦਣਾ ਹੋਵੇ ਉਹ ਕਲੇਰੀ ਚਲਿਆ ਜਾਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਤੁਹਾਡੀ ਪੜ੍ਹਾਈ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਸ਼੍ਰੀ ਨਾਨਕ ਸਰ ਕਲੇਰਾਂ ਵਾਲੇ ਕਰਾਉਣਗੇ। ਜਿਹਨਾਂ ਨੇ ਖਰਾ ਸੋਨਾ ਖਰੀਦਣਾ ਨਾ ਉਹ ਕਲੇਰਾਂ ਚਲਿਆ ਜਾਵੇ। ਬਾਬਾ ਜੀ ਦੇ ਹਿਰਦੇ ਚ ਕਟਾਰ ਫਿਰ ਗਈ ਜਦੋਂ ਮੁਰਸ਼ਦ ਦਾ ਨਾਮ ਸੁਣਿਆ। ਬਾਬਾ ਜੀ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਿਤੇ ਇੱਕ ਅਸਥਾਨ ਦੇ ਉੱਤੇ ਕਹਿ ਦਈਏ ਟਿਕਾਣੇ ਤੇ ਤਾਂ ਰਹਿੰਦੇ ਨਹੀਂ ਸੀ, ਜਗ੍ਹਾ ਜਗ੍ਹਾ ਸਾਧ ਸੰਗਤ ਜੀ ਜਾ ਕਰਕੇ ਨਾਮ ਬਾਣੀ ਦਾ ਉਪਦੇਸ਼ ਦਿੰਦੇ, ਪੱਕੇ ਉਹਨਾਂ ਦੇ ਅਸਥਾਨ ਦਾ ਬਾਬਾ ਜੀ ਕਹਿੰਦੇ ਪਤਾ ਨਹੀਂ ਲੱਗ ਸਕਿਆ। ਫਿਰ ਕਿੰਨਾ ਸਮਾਂ ਐਵੇਂ ਲੰਘ ਗਿਆ, ਕੋਈ ਸਮਾਂ ਨਹੀਂ ਬਣਿਆ ਮਨ ਦੇ ਵਿੱਚ ਤਾਂ, ਪਰ ਕੋਈ ਦੱਸ ਤਾਂ ਪੈਗੀ, ਤੈਂਡੀ ਬੰਦਿਸ਼ ਮੈਂ ਕੋਈ ਨਾ ਡਿੱਠਾ ਤੂੰ ਨਾਨਕ ਮਨ ਭਾਣਾ, ਕੋਲ ਘੁਮਾਈ ਤਿਸ ਮਿੱਤਰ ਵਿਚੋਲੇ ਜੈ ਮਿਲਕੰਤ ਪਛਾਣਾ। ਪਰ ਫਿਰ ਕੋਈ ਬਾਬਾ ਜੀ ਦੇ ਪੱਕੇ ਆਸਣ ਦਾ ਕਹਿ ਦਈਏ ਟਿਕਾਣੇ ਦਾ ਪਤਾ ਨਾ ਲੱਗ ਸਕਿਆ। ਇਹ 1926 ਦੀ ਵਾਰਤ ਆ, ਬਾਬਾ ਜੀ ਦੀ ਮੁਬਾਰਕ ਰਸਨਾ ਤੋਂ ਸੁਣਿਆ ਹੋਇਆ ਬਚਨ। ਕਹਿੰਦੇ ਮੈਂ ਸਿੱਖੀ ਦੇ ਸਕੂਲ ਦੇ ਵਿੱਚ 1927 ਵਿੱਚ ਦਾਖਲਾ ਲਿਆ। ਸਤ ਸੰਗਤ ਜੀ 27 ਮਾਘ 1927 ਨੂੰ ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ ਦੀ ਦਾਤ ਲਈ। ਸਤ ਸੰਗਤ ਜੀ ਉਸੇ ਸਾਲ 19 ਮਾਘ 1927 ਨੂੰ ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਸ਼੍ਰੀ ਮਸਤੂਆਣਾ ਸਾਹਿਬ ਵਾਲੇ ਚੋਲਾ ਬਦਲ ਗਏ। ਉਹਨਾਂ ਦੀ ਯਾਦ ਦੇ ਵਿੱਚ ਬਾਬਾ ਜੀ ਨੇ ਸਾਧ ਸੰਗਤ ਜੀ ਸ਼੍ਰੀ ਅਖੰਡ ਪਾਠ ਸਾਹਿਬ ਸੇਵਾ ਕੀਤੀ ਬੜੇ ਪਿਆਰ ਦੇ ਵਿੱਚ ਸਾਧ ਸੰਗਤ ਜੀ, ਤੇ ਨਗਰ ਸਿਆੜ ਦੇ ਵਿੱਚ ਉਹ ਵੀ ਸਮਾਂ ਆਇਆ ਜਦੋਂ ਸਾਧ ਸੰਗਤ ਜੀ ਸਰਬੰਸ ਦਾਨੀ ਅੰਮ੍ਰਿਤ ਦੇ ਦਾਤੇ ਸਾਹਿਬ ਕਮਾਲ ਕਲਗੀਧਰ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਤੇ ਪੋਹ ਸੁਦੀ 7ਵੀਂ ਨੂੰ
ਜਿਹੜਾ ਨਗਰ ਕੀਰਤਨ ਆਰੰਭ ਕੀਤਾ, ਅੱਜ ਵੀ ਦੁਨੀਆ ਦੇ ਵਿੱਚ ਉਹ ਨਗਰ ਕੀਰਤਨ ਇੱਕ ਮਿਸਾਲ ਹੈ। ਸਤ ਸੰਗਤ ਜੀ, 1927 ਉਸ ਸਮੇਂ ਪੋਸੁਦੀ ਸੱਤਵੀਂ 19 ਦਸੰਬਰ ਸੀ। 1927 ਨੂੰ ਪੋਸੁਦੀ ਸੱਤਵੀਂ ਨੂੰ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਲਏ। ਸਤ ਸੰਗਤ ਜੀ, ਮਹਾਰਾਜ ਜੀ ਨੇ ਪ੍ਰਕਾਸ਼ ਧਾਰਿਆ, ਉਹਨਾਂ ਦੇ ਆਗਮਨ ਪੁਰਬ ਦੀ ਖੁਸ਼ੀ ਵਿੱਚ ਪਹਿਲੇ ਪੈਰ ਸਤ ਸੰਗਤ ਜੀ ਬੜੇ ਪਿਆਰ ਵਾਲੇ ਨੇੜੇ ਦੇ ਜਿਹੜੇ ਨਗਰ ਦੇ ਪਿਆਰ ਵਾਲੇ ਉਹ ਸਰੀਰ ਹੋਇਆ ਕਰਦੇ। ਸਤ ਸੰਗਤ ਜੀ, ਮਹਾਰਾਜ ਜੀ ਨੂੰ ਸੁੰਦਰ ਪਾਲਕੀ ਦੇ ਵਿੱਚ ਅੱਗੇ ਅੱਗੇ ਜਿਉਂ ਜਿਉਂ ਸਮਾਂ ਤਬਦੀਲ ਹੁੰਦਾ ਗਿਆ, ਇਹ ਆਜ਼ਾਦੀ ਤੋਂ ਪਹਿਲਾਂ ਦੀਆਂ ਗੱਲਾਂ ਨੇ 1927 ਦੇ। ਸਤ ਸੰਗਤ ਜੀ, ਫਿਰ ਹੌਲੀ ਹੌਲੀ ਮਹਾਰਾਜ ਜੀ ਨੂੰ ਸੁੰਦਰ ਪਾਲਕੀ ਸਾਹਿਬ ਬਣਾਈ ਗਈ। ਚਾਰ ਸਰੀਰ ਉਸ ਪਾਲਕੀ ਸਾਹਿਬ ਨੂੰ ਆਪਣੇ ਮੋਢਿਆਂ ਦੇ ਉੱਤੇ ਚੁੱਕਦੇ ਨੇ। ਸਤ ਸੰਗਤ ਜੀ, ਅੱਗੇ ਅੱਗੇ ਹਰੀ ਜਸ ਕੀਰਤਨ ਕਰਦੇ ਬਾਬਾ ਜੀ, ਪਿੱਛੇ ਸੰਗਤਾਂ ਜਾਂਦੀਆਂ ਨੇ ਤੇ ਮਹਾਰਾਜ ਜੀ ਸਾਰੇ ਨਗਰ ਦੀ ਪਰਿਕਰਮਾ ਕਰਦੀ। ਬੇਅੰਤ ਸੰਗਤ ਆ ਜਿਹੜੀ ਸਮੇਂ ਦੇ ਨਾਲ ਜੁੜਨ ਲੱਗ ਗਈ ਸਤ ਸੰਗਤ ਜੀ। ਫਿਰ ਹੌਲੀ ਹੌਲੀ ਸਤ ਸੰਗਤ ਜੀ, ਦੱਸਿਆ ਜਾਂਦਾ ਕਹਿੰਦੇ ਮਲੌਦੀਏ ਸਰਦਾਰਾਂ ਦੀ ਬੱਗੀ ਲਿਆਉਣ ਲੱਗ ਗਏ। ਉਹ ਸਮਾਂ ਇਹ ਆਜ਼ਾਦੀ ਤੋਂ ਪਹਿਲਾਂ ਦਾ, ਬੜੀ ਚੜ੍ਹਾਈ ਹੁੰਦੀ ਸੀ ਉਸ ਸਮੇਂ ਬੱਗੀ ਦੀ, ਦੋ ਘੋੜੇ ਚਲਾਉਂਦੇ ਹੁੰਦੇ ਸੀ। ਉਹ ਬੱਗੀ ਨੂੰ ਬੜੀ ਹਾਰ ਸ਼ਿੰਗਾਰ ਉਹਨੂੰ ਕੀਤਾ ਜਾਂਦਾ ਬੜਾ ਹੀ, ਕਿਉਂਕਿ ਤਖਤਾਂ ਤਾਜਾਂ ਦੇ ਮਾਲਕ, ਦੁਨੀਆਂ ਦੇ ਮਾਲਕ, ਜੁਗੋ ਜੁਗ ਟਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਉੱਥੇ ਵਿਰਾਜਮਾਨ ਹੋਣਾ। ਉਸ ਬੱਗੀ ਨੂੰ ਇੰਨੀ ਜ਼ਿਆਦੀ ਸਜਾਇਆ ਜਾਂਦਾ ਮਲੌਦੀਏ ਸਰਦਾਰਾਂ ਦੀ, ਸਤ ਸੰਗਤ ਜੀ, ਲਿਆ ਕਰਕੇ ਸਾਰੇ ਨਗਰ 'ਚ ਛਿੜਕਾਅ ਕੀਤਾ ਜਾਂਦਾ। ਤੇ ਮਹਾਰਾਜ ਜੀ ਸਤ ਸੰਗਤ ਜੀ ਸਾਰੇ ਨਗਰ ਦੀ ਪਰਿਕਰਮਾ ਕਰਦੇ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਹਰੀ ਜਸ ਕੀਰਤਨ ਕਰਦੇ ਹੋਏ ਬਾਬਾ ਜੀ, ਸਤ ਸੰਗਤ ਜੀ ਆਪਣੇ ਜਥੇ ਨਾਲ ਸੰਗਤਾਂ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ, ਕਿਉਂਕਿ ਮਹਾਂਪੁਰਖਾਂ ਦੀ ਇਹ ਬਖਸ਼ਿਸ਼ ਹੀ ਹੋਇਆ ਕਰਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਸ ਨਗਰ ਦੇ ਵਿੱਚ ਆਜ਼ਾਦੀ ਤੋਂ ਪਹਿਲਾਂ ਚੋਖੀ ਆਬਾਦੀ ਕਹਿੰਦੇ ਮੁਸਲਮਾਨਾਂ ਦੀ ਵੀ ਸੀ, ਹਿੰਦੂਆਂ ਦੀ ਵੀ ਬਹੁਤ ਚੋਖੀ ਆਬਾਦੀ ਸੀ। ਤੇ ਬਾਬਾ ਜੀ ਪਤਾ ਉਹਨਾਂ ਨੂੰ ਵੀ ਕੀ ਕਹਿੰਦੇ? ਸਾਹਿਬ ਕਮਾਲ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਹੁੰਦਾ, ਉਹਨਾਂ ਨੂੰ ਆਖਦੇ ਬੜੇ ਨਿਮਰਤਾ ਦੇ ਵਿੱਚ, ਕਹਿੰਦੇ ਭਾਈ ਤੁਸੀਂ ਵੀ ਆਪਣੇ ਧਰਮ ਦੇ ਨਾਲ ਸੰਬੰਧਤ ਆ ਜਿਹੜੀ ਝਾਕੀ ਇਸ ਨਗਰ ਕੀਰਤਨ 'ਚ ਸ਼ਾਮਿਲ ਕਰੋ। ਮੁਸਲਮਾਨ ਵੀਰ ਇੰਨੇ ਖੁਸ਼ ਹੁੰਦੇ ਸਤ ਸੰਗਤ ਜੀ, ਕਿਉਂ? ਕਿਉਂਕਿ ਗੁਰੂ ਸਾਹਿਬ ਦੀ ਬਾਣੀ ਵੀ, ਜਿਹੜੇ ਤਤ ਬੇਤੇ ਜੋਗੀ ਮਹਾਂਪੁਰਖ, ਉਹ ਵੀ ਜਿਸ ਧਰਮ ਵਿੱਚ ਹੈ ਤੂੰ ਉਸ ਧਰਮ ਵਿੱਚ ਪਰਪੱਕ ਰਹਿ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪਣੇ ਆਪਣੇ ਧਰਮ ਦੀ ਝਾਕੀ, ਮੁਸਲਮਾਨ ਵੀਰ ਆਪਣੇ, ਹਿੰਦੂ ਵੀਰ ਆਪਣੇ ਧਰਮ ਦੀ ਝਾਕੀ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਕਰਿਆ ਕਰਦੇ, ਕਿਉਂਕਿ ਕਲੰਗੀਧਰ ਮਹਾਰਾਜ ਜੀ ਦਾ ਵੀ ਬਚਨ ਹੈ, ਮਾਨਸ ਕੀ ਜਾਤ ਸਭੈ ਏਕੈ ਪਹਿਚਾਨ ਵੋ। ਪੜ੍ਹ ਲਈਏ, ਏਕੈ ਪਹਿਚਾਨ ਵੋ, ਮਾਨਸ ਕੀ ਜਾਤ ਸਭੈ ਏਕੈ ਪਹਿਚਾਨ ਵੋ, ਮਾਨਸ ਕੀ ਜਾਤ ਸਭੈ ਪਹਿਚਾਨ ਮਾਨਸ ਕੀ ਜਾਤ ਇੱਕ ਪਹਿਚਾਨ ਮਾਨਸ ਕੀ ਜਾਤ ਸਭ ਇੱਕ ਪਹਿਚਾਨ ਮਾਨਸ ਕੀ ਜਾਤ ਸਭ 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 ਇੱਕ ਪਹਿਚਾਨ ਵੋ ਮਾਨਸ ਕੀ ਜਾਤ ਸਭ ਇੱਕ ਪਹਿਚਾਨ ਵੋ
सपै एक पहचान वो मानस की जात एक पहचान वो मानस की जात सपै एक पहचान वो मानस की जात सपै। ऐसा वो समय कलगीधर महाराज जी के जो प्रवचन मानस की जात सब है एक पहचान वो कोई फर्क नहीं है क्योंकि सगल बनस्पत मह बैसंतर सगल दूध में किया ऊंच नीच में जोत समाणी घट घट मध जिया सारियां दे विच ही ओदा ही रूप तकदे ने अपने जो जिस थां दे मुबारक है ओनू ओदा धर्म ਸਤ ਸੰਗਤ ਜੀ ਬੜੀ ਚਹਿਲ ਪਹਿਲ ਹੁੰਦੀ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਸੰਗਤਾਂ ਸਤ ਸੰਗਤ ਜੀ ਹੌਲੀ ਹੌਲੀ ਸੰਗਤ ਤਾਂ ਵਧਦੀ ਗਈ ਹਰੇਕ ਸਾਲ ਕੁਛ ਨਾ ਕੁਛ ਨਵਾਂ ਵਾਧਾ ਹੁੰਦਾ ਗਿਆ ਇਸ ਨਗਰ ਕੀਰਤਨ ਵਿੱਚ ਜੋ ਪੋਸੂ ਦੀ ਸੱਤਵੀਂ ਨੂੰ ਹੁੰਦਾ ਕੱਚੇ ਰਾਹਾਂ ਦੀ ਸਫਾਈ ਹੋਣ ਲੱਗ ਗਈ ਰਸਤੇ ਪੂਰੇ ਜਾਣ ਲੱਗੇ ਸੰਗਤਾਂ ਉਡੀਕਦੀਆਂ ਹੁੰਦੀਆਂ ਬਾਬਾ ਜੀ ਬਚਨ ਕਰਿਆ ਕਰਦੇ ਨਗਰ ਵਾਲੇ ਉਡੀਕਦੇ ਹੁੰਦੇ ਮਹਾਰਾਜ ਜੀ ਕਦੋਂ ਆਊਗੀ ਹੁਣ ਉਹ ਪੋਸੂ ਦੀ ਸੱਤਵੀਂ ਸਤ ਸੰਗਤ ਜੀ 1961 ਦੇ ਵਿੱਚ ਪਿੰਡਾਂ ਦੀ ਨਵੀਆਂ ਜਿਹੜੀਆਂ ਉਹਨੂੰ ਮੁਰੱਬੇਬੰਦੀ ਹੋਈ ਨਵੇਂ ਰਸਤੇ ਨਿਕਲ ਗਏ ਪਿੰਡਾਂ ਦੀਆਂ ਜਿਹੜੀਆਂ ਨੇ ਉਹ ਨਵੀਆਂ ਫਿਰਨੀਆਂ ਬਣ ਗਈਆਂ ਲੰਬੇ ਚੌੜੇ ਰਸਤੇ ਹੋ ਗਏ ਫਿਰ ਹੋਰ ਵੀ ਇਸ ਵਿਲੱਖਣ ਸ਼ਾਨ ਦੇ ਹੇਠ ਨਗਰ ਕੀਰਤਨ ਹੋਣ ਲੱਗ ਗਿਆ ਵੱਡੇ ਵੱਡੇ ਬੈਨਰ ਗੁਰੂ ਸਾਹਿਬ ਦੀ ਬਾਣੀ ਦੇ ਜਿਹਦੇ ਉੱਤੇ ਸ਼ਬਦ ਲਿਖੇ ਜਾਂਦੇ ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ ਦੇ ਸ਼ਬਦ ਆ ਜਿਹੜੇ ਉਹਦੇ ਉੱਤੇ ਲਿਖੇ ਜਾਂਦੇ ਲਗਾਏ ਜਾਣ ਲੱਗੇ ਸਤਿਗੁਰਾਂ ਨੂੰ ਸੁੰਦਰ ਪਾਲਕੀ ਪਹਿਲਾਂ ਤਾਂ ਮੋਢਿਆਂ ਦੇ ਉੱਤੇ ਫਿਰ ਸਾਧਸਾਂ ਜੀ ਬੱਗੀਆਂ ਉਸ ਤੋਂ ਬਾਅਦ ਉਹ ਸਮਾਂ ਆ ਗਿਆ ਮਸ਼ੀਨੀ ਯੁੱਗ ਆ ਗਿਆ ਸਾਧਸਾਂ ਜੀ ਟਰੱਕ ਆ ਗਏ ਨਵੇਂ ਟਰੱਕ ਜਿਹਦੇ ਉੱਤੇ ਸੁੰਦਰ ਪਾਲਕੀ ਤਿਆਰ ਕਰਕੇ ਮਹਾਰਾਜ ਜੀ ਨੂੰ ਉਸ ਪਾਲਕੀ ਸਾਹਿਬ ਦੇ ਵਿੱਚ ਸੁਸ਼ੋਭਿਤ ਕੀਤਾ ਜਾਂਦਾ ਕਹਿੰਦੇ ਇੱਥੇ ਤੱਕ ਦੱਸਿਆ ਜਾਂਦਾ ਵੀ ਕਈ ਕਈ ਦਿਨ ਪਹਿਲਾਂ ਪਿਆਰ ਵਾਲੇ ਆਪਣੇ ਟਰੱਕਾਂ ਨੂੰ ਸ਼੍ਰੀ ਨਾਨਕ ਸਰ 66 ਵਿਖੇ ਖੜਾ ਜਾਂਦੇ ਵੀ ਇਹਦੀ ਤਿਆਰੀ ਕਰਿਓ ਵੀ ਮਹਾਰਾਜ ਨੂੰ ਇਹ ਚ ਬਿਰਾਜਮਾਨ ਕਰਨ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਸੰਗਤ ਜੀ ਤੇ ਅੱਜ ਦੀ ਗੱਲ ਕਰੀਏ ਹੁਣ ਤਾਂ ਫਲੋਟ ਬਣ ਗਏ ਫਲੋਟ ਜਿਨ੍ਹਾਂ ਨੇ ਦਰਸ਼ਨ ਕੀਤੇ ਨੇ ਨਾ ਬਸ ਉਹ ਇਹੀ ਕਹਿੰਦਾ ਵੀ ਹੋਰ ਕੋਈ ਸ਼ਾਨ ਇਹਦੇ ਸਾਹਮਣੇ ਕੋਈ ਹੋਰ ਦੁਨੀਆ ਦੀ ਕੋਈ ਸਾਧ ਸਾਂਝੀ ਇਹਨਾਂ ਅੱਖਾਂ ਦੇ ਨਾਲ ਕੋਈ ਵਿਲੱਖਣ ਸ਼ਾਨ ਨਹੀਂ ਮੈਂ ਤੱਕੀ ਹੋਊਗੀ ਉਹ ਫਲੋਟ ਵੱਡੀ ਗੱਡੀ ਦੇ ਉੱਤੇ ਵੱਡੀ ਪਾਲਕੀ ਸਾਹਿਬ ਤਿਆਰ ਕੀਤੀ ਤੇ ਉਸ ਪਾਲਕੀ ਸਾਹਿਬ ਦੇ ਵਿੱਚ ਵੱਡੀ ਗੱਡੀ ਦੇ ਵਿੱਚ ਮਹਾਰਾਜ ਜੀ ਦਾ ਸੁੰਦਰ ਆਸਣ ਹੀਰਿਆਂ ਜੜਿਆ ਜਿਹਦੇ ਵਿੱਚ ਤਖਤਾਂ ਤਾਜਾਂ ਦੇ ਮਾਲਕ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਬਿਰਾਜਮਾਨ ਕੀਤਾ ਜਾਂਦਾ ਨਗਰ ਦੀ ਪ੍ਰਕਰਮਾ ਸਾਧ ਸੰਗਤ ਜੀ ਤੇ ਫਿਰ ਹਵਾਈ ਜਹਾਜ਼ ਹੈਲੀਕਾਪਟਰ ਰਾਹੀਂ ਪੁਸ਼ਪਾਂ ਦੀ ਫੁੱਲਾਂ ਦੀ ਵਰਖਾ ਜਿਹੜਾ ਮਨਮੋਹਣਾ ਦ੍ਰਿਸ਼ ਪੇਸ਼ ਕਰਦੇ ਸੀ ਜਿਨ੍ਹਾਂ ਨੇ ਉਹ ਨਗਰ ਕੀਰਤਨ ਤੱਕਿਆ ਨਾ ਸਾਧ ਸੰਗਤ ਜੀ ਪੀ ਟੀ ਪੀ ਬੈਂਡ ਵਾਲੇ ਪਾਰਟੀਆਂ ਫੌਜੀ ਬੈਂਡ ਜੋਸ਼ੀਲੇ ਧੁਨਾਂ ਦੇ ਨਾਲ ਸ਼ਬਦ ਅਲਾਪਦੇ ਗੱਤਕੇ ਵਾਲੇ ਕਵਾਲ ਰਾਗੀ ਢਾਡੀ ਬਾਬਾ ਜੀ ਦੇ ਦਰਬਾਰ ਦੇ ਵਿੱਚ ਉਸ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰਦੇ ਤੇ ਬਾਬਾ ਜੀ ਆਪਣੀ ਮੁਬਾਰਕ ਰਸਨਾ ਤੋਂ ਵੀ ਸਾਧ ਸੰਗਤ ਜੀ ਉਸ ਪੋਸੂ ਦੀ ਸੱਤਵੀਂ ਵਾਲੇ ਨਗਰ ਕੀਰਤਨ ਦੇ ਉੱਤੇ ਕਹਿੰਦਾ ਇਹ ਧਾਰਨਾ ਪੜ੍ਹਿਆ ਕਰਦੇ ਰਾਗੀ ਸਿੰਘਾਂ ਤੋਂ ਵੀ ਪੜ੍ਹਾਉਂਦੇ ਆਪਾਂ ਵੀ ਸਾਰੇ ਹਾਜ਼ਰੀ ਲਾਰੀਏ ਕੋਈ ਰਸਨਾ ਵਾਂਝੀ ਨਾ ਰਹੇ ਅੱਜ ਆਏ ਨੇ ਕਲੰਗੀਆਂ ਵਾਲੇ ਜਾਗੇ ਤੇਰੇ ਭਾਗ ਭੂਮੀ ਅੱਜ ਆਏ ਨੇ ਕਲੰਗੀਆਂ ਵਾਲੇ ਜਾਗੇ ਤੇਰੇ ਭਾਗ ਭੂਮੀ ਤੇਰੇ ਪਾਦ ਭੂਮੀ ਅੱਜ ਆਏ ਨੇ
ਆਏ ਨੇ ਕਲਗੀਆਂ ਵਾੜੇ ਜਾਗੇ ਤੇਰੇ ਪਾਗ ਭੂਮੀ ਆਏ ਨੇ ਕਲਗੀਆਂ ਵਾੜੇ ਜਾਗੇ ਤੇਰੇ ਪਾਗ ਭੂਮੀ ਅੱਜ ਆਏ ਨੇ ਕਲਗੀਆਂ ਵਾੜੇ ਜਾਗੇ ਤੇਰੇ ਪਾਗ ਭੂਮੀ ਜਾਗੇ ਤੇਰੇ ਪਾਗ ਭੂਮੀ ਅੱਜ ਆਏ ਨੇ ਕਲਗੀਆਂ ਵਾਲੇ ਜਾਗੇ ਤੇਰੇ ਪਾਗ ਭੂਮੀ ਆਪਣੀ ਮੁਬਾਰਕ ਰਸਨਾ ਤੋਂ ਪੜਿਆ ਕਰਦੇ ਰਾਗੀ ਉਹਨਾਂ ਤੋਂ ਵੀ ਪੜਾਉਂਦੇ ਸਾਧ ਸੰਗਤ ਜੀ ਜਿਹੜਾ ਨਗਰ ਕੀਰਤਨ ਜਿੱਥੇ ਮੀਰੀ ਪੀਰੀ ਦੇ ਪਾਤਸ਼ਾਹ ਨੇ ਆਪਣੇ ਮੁਬਾਰਕ ਚਰਨ ਪਾਏ ਨਾ ਉਸ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਦੀ ਪ੍ਰਾਰੰਭਤਾ ਹੁੰਦੀ ਤੇ ਉੱਥੇ ਹੀ ਗੁਰਦੁਆਰਾ ਸਾਹਿਬ ਜਾ ਕੇ ਨਗਰ ਕੀਰਤਨ ਦੀ ਸਮਾਪਤੀ ਤੇ ਜਦੋਂ ਉੱਥੇ ਪਹੁੰਚਦਾ ਨਾ ਅਖੀਰ ਦੇ ਵਿੱਚ ਵਿਸ਼ਾਲ ਸੰਗਤਾਂ ਦਾ ਜਨ ਸਮੂਹ ਕਹਿ ਦਈਏ ਨਾ ਪਰਮ ਪੂਜਨੀਕ ਧੰਨ ਸ਼੍ਰੀ ਹਜ਼ੂਰ ਬਾਬਾ ਜੀ ਸਿਆੜ ਸਾਹਿਬ ਵਾਲੇ ਤਿਨ੍ਹਾਂ ਦੀ ਮੁਬਾਰਕ ਰਸਨਾ ਤੋਂ ਇਲਾਹੀ ਦਰਗਾਹੀ ਪ੍ਰਵਚਨ ਸਰਵਣ ਕਰਨ ਦੇ ਲਈ ਐਨ ਸ਼ਾਂਤ ਚਿੱਤ ਹੋ ਕੇ ਬੈਠ ਜਾਂਦਾ ਆਖੋ ਸਤਨਾਮ ਮਾਨੋ ਉਡੀਕਦੇ ਹੋਣ ਸਾਧ ਸੰਗਤ ਜੀ ਫੁੱਲ ਕਿਰਿਆ ਕਰਦੇ ਜਦੋਂ ਬਾਬਾ ਜੀ ਪ੍ਰਵਚਨ ਕਰਦੇ ਆਪਣੇ ਮੁਖਾਰ ਬਿੰਦ ਤੋਂ ਜਿਨ੍ਹਾਂ ਨੇ ਉਹ ਆਨੰਦ ਮਾਣਿਆ ਨਾ ਬਾਬਾ ਜੀ ਦੀ ਸੰਗਤ ਵਿੱਚ ਬੈਠ ਕੇ ਸਾਧ ਸੰਗਤ ਜੀ ਉਹਨਾਂ ਨੂੰ ਅੱਜ ਵੀ ਉਹ ਯਾਦ ਤਾਜ਼ਾ ਹੁੰਦੀ ਹੈ ਅੱਜ ਦਾ ਇਹ ਜਿਹੜਾ ਵਿਸ਼ੇਸ਼ ਸਮਾਗਮ ਪਰਮ ਪੂਜਨੀ ਧੰਨ ਸ਼੍ਰੀ ਹਜ਼ੂਰ ਬਾਬਾ ਜੀ ਸਿਆੜ ਸਾਹਿਬ ਵਾਲੇ ਉਹਨਾਂ ਦੀ ਯਾਦ ਦੇ ਵਿੱਚ ਰੱਖਿਆ ਗਿਆ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਅਤੇ ਸਤਿਕਾਰਯੋਗ ਬਾਬਾ ਧਰਮਪਾਲ ਸਿੰਘ ਜੀ ਸੰਘੋਵਾਲ ਵਾਲੇ ਇਹਨਾਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਅੱਜ ਦਾ ਸਮਾਗਮ ਹੋ ਰਿਹਾ ਇਹਨਾਂ ਨੇ ਵੀ ਆਨੰਦ ਮਾਣਿਆ ਬਾਬਾ ਜੀ ਦੇ ਸੰਗਤ ਦੇ ਵਿੱਚ ਰਹਿ ਕੇ ਗੁਰੂ ਕੇ ਲੰਗਰਾਂ ਦੇ ਵਿੱਚ ਬਾਬਾ ਜੀ ਦੇ ਦਰਬਾਰ ਦੇ ਵਿੱਚ ਲੰਗਰਾਂ ਦੇ ਵਿੱਚ ਰਹਿ ਕਰਕੇ ਵੀ ਸੇਵਾ ਕੀਤੀ ਹੈ ਇਹ ਉਹੀ ਜਾਣਦੇ ਨੇ ਜਿਨ੍ਹਾਂ ਨੇ ਸਾਧ ਸੰਗਤ ਜੀ ਆਨੰਦ ਮਾਣਿਆ ਜਿਹੜੇ ਬਚਨ ਨੇ ਨਾ ਜਦੋਂ ਸਾਰੀ ਸੰਗਤ ਨਗਰ ਕੀਰਤਨ ਦੀ ਸਮਾਪਤੀ ਦੇ ਉੱਤੇ ਬਾਬਾ ਜੀ ਦੀ ਖਾਰ ਬਿੰਦ ਤੋਂ ਇਲਾਹੀ ਦਰਗਾਹੀ ਪ੍ਰਵਚਨ ਸਰਵਣ ਕਰਨ ਦੇ ਲਈ ਸ਼ਾਂਤ ਚਿੱਤ ਹੋ ਕੇ ਬੈਠ ਜਾਂਦੇ ਪਤਾ ਹੈ ਉਹਨਾਂ ਨੂੰ ਕਿਸੇ ਦੀ ਇੰਨਾ ਇਕੱਠ ਹੁੰਦਾ ਸੀ ਹਜ਼ਾਰਾਂ ਦਾ ਕਿਸੇ ਦੇ ਸਾਹ ਦੀ ਵੀ ਆਵਾਜ਼ ਨਹੀਂ ਸੀ ਆਉਂਦੀ ਜੇ ਕਿਤੇ ਜੇਬ ਦੇ ਵਿੱਚੋਂ ਪੈੱਨ ਵੀ ਡਿੱਗ ਜਾਵੇ ਤਾਂ ਪੈੱਨ ਦੀ ਆਵਾਜ਼ ਸੁਣਾਈ ਦਿੰਦੀ ਸੀ ਇੰਨੀ ਸ਼ਾਂਤੀ ਹੁੰਦੀ ਸੀ ਆਖੋ ਸਤਨਾਮ ਗੁਰੂ ਸਾਹਿਬ ਦਾ ਬਚਨ ਹੈ ਅਟਲ ਸੱਚਾਈ ਹੈ ਇਹ ਬਚਨ ਸਾਧ ਕੀ ਬਾਣੀ ਅੰਮ੍ਰਿਤ ਬਚਨ ਸਾਧ ਕੀ ਬਾਣੀ ਬਚਨ ਸਾਧ ਕੀ ਬਾਣੀ ਅੰਮ੍ਰਿਤ ਬਚਨ ਸਾਧ ਕੀ ਬਾਣੀ ਸਾਧ ਕੀ ਬਾਣੀ ਅੰਮ੍ਰਿਤ ਬਚਨ ਸਾਧ ਕੀ ਬਾਣੀ ਅੰਮ੍ਰਿਤ ਬਚਨ ਸਾਧ ਕੀ ਬਚਨ ਸਾਧ ਕੀ ਬਾਣੀ ਅੰਮ੍ਰਿਤ ਬਚਨ ਸਾਧ ਕੀ ਬਾਣੀ ਬਚਨ ਸਾਧ ਕੀ ਬਾਣੀ ਅੰਮ੍ਰਿਤ ਬਚਨ ਸਾਧ ਕੀ ਬਾਣੀ ਬਚਨ ਸਾਧ ਕੀ ਬਾਣੀ ਅੰਮ੍ਰਿਤ ਬਚਨ ਸਾਧ ਕੀ ਬਾਣੀ ਬਚਨ ਸਾਧ ਕੀ ਬਾਣੀ ਅੰਮ੍ਰਿਤ ਬਚਨ ਸਾਧ ਕੀ ਬਾਣੀ ਸਾਧ ਕੀ ਬਾਣੀ ਅੰਮ੍ਰਿਤ ਬਚਨ ਸਾਧ ਕੀ ਬਾਣੀ ਬਚਨ ਸਾਧ ਕੀ ਬਾਣੀ ਅੰਮ੍ਰਿਤ ਬਚਨ ਸਾਧ ਕੀ ਬਚਨ ਸਾਧ ਕੀ ਬਾਣੀ ਅੰਮ੍ਰਿਤ ਬਚਨ ਸਾਧ ਕੀ ਬਾਣੀ ਬਚਨ ਸਾਧ ਕੀ ਬਾਣੀ ਅੰਮ੍ਰਿਤ ਬਚਨ ਸਾਧ ਕੀ ਬਾਣੀ ਅੰਮ੍ਰਿਤ ਬਚਨ ਸਾਧ ਕੀ ਬਾਣੀ ਜੋ ਜੋ ਜਪੈ ਤਿਸ ਕੀ ਗਤ ਹੋਵੇ ਸਾਧ ਸੰਗਤ ਜੀ ਉਹ ਪ੍ਰਵਚਨ ਸਰਵਣ ਕਰਨ ਦੇ ਲਈ ਸਾਧ ਸੰਗਤ ਜੀ ਬੇਅੰਤਾਂ ਕੌਤਕ ਨੇ ਸਾਧੂਆਂ ਦਾ ਜੀਵਨ ਕਿਨਾ ਕਿਸੇ ਦੀ ਕੋਈ ਹਸਤੀ ਨਹੀਂ ਵੀ ਮਹਾਂਪੁਰਖਾਂ ਦਾ ਜੀਵਨ ਉਹਨਾਂ ਦੇ ਉੱਤੇ ਕੁਛ ਕੋਈ ਬੋਲ ਸਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਦਰਗਾਹੀ ਫਕੀਰ ਸੰਸਾਰ ਦੇ ਵਿੱਚ ਧੰਨ ਬਾਬਾ ਜੀ ਸਿਆੜ ਸਾਹਿਬ ਵਾਲੇ ਉਹਨਾਂ ਦੇ ਰੂਪ ਦੇ ਵਿੱਚ ਸਾਧ ਸੰਗਤ ਜੀ ਮੀਰੀ ਪੀਰੇ ਦੇ ਮਾਲਕ ਉਹਨਾਂ ਦੇ ਦਿੱਤੇ ਹੋਏ ਵਰਦਾਨ ਦਾ ਸਦਕਾ ਨਿਰੰਕਾਰ ਦੇ ਵੱਲੋਂ ਭੇਜੇ ਹੋਏ ਸਿਆੜ ਨਗਰ ਦੇ ਵਿੱਚ ਆਏ ਜਿਨ੍ਹਾਂ ਨੇ ਭੁੱਲੀ ਭੁਲਾਈ ਲੁਕਾਈ ਨੂੰ ਸਿੱਧੇ ਰਸਤੇ ਦੇ ਉੱਤੇ ਪਾ ਕੇ
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਨਾਲ ਜੋੜਿਆ। ਅੱਜ ਵੀ ਵਿਲੱਖਣ ਸ਼ਾਨ ਹੈ ਸ਼੍ਰੀ ਨਾਨਕ ਸਰ ਦੀ। ਸਤ ਸੰਗਤ ਜੀ, ਅੱਜ ਵੀ ਵਿਲੱਖਣ ਸ਼ਾਨ ਹੈ ਸ਼੍ਰੀ ਨਾਨਕ ਸਰ ਆਸ਼ਰਮ ਠਾਠ ਸਿਆੜ। ਸਤ ਸੰਗਤ ਜੀ, ਸਤਿਗੁਰਾਂ ਦਾ ਸਤਿਕਾਰ, ਸਤਿਗੁਰਾਂ ਦੀ ਸੇਵਾ, ਮਹਾਰਾਜ ਜੀ ਕਿਰਪਾ ਕਰਨ, ਵੱਡੇ ਭਾਗਾਂ ਵਾਲੇ ਸਭ ਸੰਗਤਾਂ ਨੇ ਜਿਨ੍ਹਾਂ ਨੇ ਸਹਿਯੋਗ ਕੀਤਾ ਉਹਨਾਂ ਦਾ ਧੰਨਵਾਦ ਤੇ ਕੋਟਾਨ ਕੋਟ ਸ਼ੁਕਰਾਨਾ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਸਤ ਸੰਗਤ ਜੀ, ਨਹੀਂ ਤਾਂ ਮੇਰੇ ਵਰਗੇ ਨਾ ਚੀਜ਼ ਦੀ ਕੀ ਹਸਤੀ ਹੈ, ਕਿਉਂਕਿ ਜਿੱਥੇ ਸਾਧਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਣੈ ਤੇਤਾ ਮਖਿਆਨੈ, ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ, ਸੁਣ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਚਰਜ ਕਥਾ, ਮੇਰੇ ਵਰਗਾ ਕੀ ਬੋਲ ਸਕਦਾ। ਸਤ ਸੰਗਤ ਜੀ, ਬਾਬਾ ਜੀ ਦੇ ਜੀਵਨ ਦੇ ਵਿੱਚੋਂ ਤੁੱਛ ਮਾਤਰ, ਜਿਵੇਂ ਮਹਾਰਾਜ ਜੀ ਨੇ, ਬਾਬਾ ਜੀ ਨੇ ਆਪੇ ਸੁਮਤ ਬਖਸ਼ੀ ਹੈ, ਵਿਚਾਰਾਂ ਕੀਤੀਆਂ ਨੇ, ਬੋਲਦਿਆਂ ਕੋਲੋਂ ਇੱਕ ਨਹੀਂ ਅਨੇਕਾਂ ਹੀ ਭੁੱਲਾਂ ਹੋ ਗਈਆਂ ਨੇ, ਗੁਰਮਤ ਤੋਂ ਗੁਰ ਇਤਿਹਾਸ ਤੋਂ ਅਧੂਰਾ ਲਫ਼ਜ਼ ਆ ਗਿਆ ਹੋਵਾਂ, ਆਪਣਾ ਨਦਾਨ ਜਿਹਾ ਬੱਚਾ ਜਾਣ ਕੇ ਸਭ ਨੇ ਮੁਆਫ ਕਰ ਦੇਣਾ। ਸਤ ਸੰਗਤ ਜੀ, ਦੱਸ ਕੋਈ ਵਕਤਾ ਬੁਲਾਰਾ ਕੀਰਤਨੀਆਂ ਨਹੀਂ, ਇਹ ਤਾਂ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਦਾ ਸਦਕਾ, ਅਤੇ ਪਰਮ ਪੂਜਨੀਕ ਧੰਨ ਸ਼੍ਰੀ ਹਜ਼ੂਰ ਬਾਬਾ ਮੀਆਂ ਸਿੰਘ ਜੀ ਸਿਆੜ ਸਾਹਿਬ ਵਾਲੇ, ਉਹਨਾਂ ਦਾ ਹੀ ਨਿੱਜ ਸਰੂਪ ਪਰਮ ਪੂਜਨੀਕ ਧੰਨ ਧੰਨ ਸ਼੍ਰੀ ਹਜ਼ੂਰ ਬਾਬਾ ਹਰਨੇਕ ਸਿੰਘ ਜੀ ਠਾਠ ਸਿਆੜ ਵਾਲੇ। ਸਾਧ ਸਾਂ ਜੀ, ਜੋ ਅੱਜ ਵਿਦੇਸ਼ਾਂ ਦੇ ਵਿੱਚ ਸੰਗਤਾਂ ਨੂੰ ਸਾਧ ਸਾਂ ਜੀ ਨਾਮ ਬਾਣੀ ਦੇ ਨਾਲ ਜੋੜ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਪਦੇਸ਼ ਆ ਉਹ ਦਿਰੜਾ ਰਹੇ ਨੇ, ਉਹਨਾਂ ਦਾ ਸਦਕਾ ਹਾਜ਼ਰੀ ਭਰੀ ਹੈ। ਆ ਇੱਕ ਆਖਰੀ ਧਾਰਨਾ, ਉਪਰੰਤ ਸਲੋਕ ਤੇ ਸਮਾਪਤੀ, ਬਾਕੀ ਰਹਿੰਦੀਆਂ ਵਿਚਾਰਾਂ ਅਗਲੇ ਦੀਵਾਨ ਦੇ ਵਿੱਚ ਮਹਾਰਾਜ ਜੀ ਕਿਰਪਾ ਕਰਨ ਕੀਤੀਆਂ ਜਾਣਗੀਆਂ। ਸਾਧੂ ਭਾਗਾਂ ਦੇ ਨਾਲ ਐਵੇਂ ਨਹੀਂ ਕਿਤੇ ਸਾਧ ਸਾਈ ਪੂਰਵ ਕਰਮ ਔਂਕਰ ਜਾਂ ਪ੍ਰਗਟੇ ਭੇਟਿਓ ਪੁਰਖ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਐ ਮਨਾ ਕਰਮਾਂ ਦੇ ਸੌਦੇ ਨੇ, ਐਵੇਂ ਨਾ ਸਾਧੂ ਮਿਲਦੇ ਕਰਮਾਂ ਦੇ ਸੌਦੇ ਨੇ, ਐਵੇਂ ਨੀ ਸਾਧੂ ਮਿਲਦੇ। ਵੱਡੇ ਕਰਮ ਪੂਰਵ ਕਰਮ ਅੰਕਰ ਜਾ ਪ੍ਰਗਟੇ ਭੇਟਿਓ ਪੁਰਖ ਰਸ ਕਪੈਰਾ, ਸੰਗ ਹੋ ਗਿਆ ਬਾਬਾ ਜੀ ਦਾ, ਉਹ ਵੱਡੇ ਭਾਗਾਂ ਦੀ ਨਿਸ਼ਾਨੀ ਮਨਾ ਮੇਰਿਆ, ਸੰਗ ਹੋਇਆ ਸੰਗ ਹੋਇਆ ਬਾਬਾ ਜੀ ਦਾ, ਵੱਡੇ ਭਾਗਾਂ ਦੀ
अंकर जब प्रगटे भेट्यो पुरख रसक बैरागी मिट्यो अंधेर मिलत हर नानक जन्म जन्म की सोई जागी भाग ठड़े हर संत तुम्हारे दिन कर तन हर नामा परवान गणी से ये आए सफल तिना के मेरे राम मेरे राम हर जन के हो वल जाई केसा का कर चवर टोलावा चरण धूड़ मुख लाई जन्म मरन तू मैं नाही जन पर उपकारी आए जी दान दे भगती लाएण हर स्यों लैण सच्चा अमर सच्ची पातशाही सच्चे से तीरा ते सच्चा सुख सच्ची वडे आई जिसके से तिन जाते पक्खा फेरी पानी टोवा हर जन के पीसण पीसण पीस कमावा नानक की प्रभ पास बेनती तेरे जन देखण पावा सलोक पवन गुरु पाणी पिता माता तरस महत रात जागत चंगी आईया बुरी आईया वाचा धर्म हदूर शक्त काला ते मुकुचले एती छुटी नाल बोलो वाहिगुरु जी का खालसा वाहिगुरु जी की फतेह फतेह वाहिगुरु जी का खालसा वाहिगुरु जी की वाहिगुरु जी का खालसा वाहिगुरु जी की फतेह फतेह वाहेगुरु जी का खालसा वाहेगुरु जी की फतेह।